ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀ ਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤਾਂ ਦੋਸਤੋ, ਮੇਰੇ ਨਾਲ ਇਸ ਵੇਲੇ ਫਿਰ ਹਾਜ਼ਰ ਨੇ ਉਹ ਇਨਸਾਨ ਜੋ ਪਿਛਲੇ ਪ੍ਰੋਗਰਾਮ 'ਚ ਇਸ ਜਗ੍ਹਾ 'ਤੇ ਮੇਰੇ ਵਾਲੀ ਕੁਰਸੀ 'ਤੇ ਬੈਠੇ ਸੀ ਅਤੇ ਇਸ ਵੇਲੇ ਕੁਰਸੀ ਬਦਲ ਕੇ ਮੇਰੇ ਨਾਲ ਆ ਬੈਠੇ ਨੇ, ਉਹ ਪਹਿਲਾਂ ਸਵਾਗਤ ਕਰੀਏ ਫਿਰ ਕਰਦੇ ਹਾਂ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਜੀ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਅਤੇ ਸਤਿ ਸ਼੍ਰੀ ਅਕਾਲ ਸਾਰੇ ਇੰਡਸਟਰੀ ਵੀ ਦੇਖ ਰਹੇ ਦਰਸ਼ਕਾਂ ਨੂੰ, ਅਤੇ ਆਸ ਕਰਦਾ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ। ਵੈਸੇ ਮੈਂ ਕੁਰਸੀ ਦੇ ਨਾਲ ਨਾਲ ਮੇਰੇ ਮੂੰਹ 'ਚੋਂ ਕੋਟ ਵੀ ਨਿਕਲ ਚੱਲੇ, ਬਾਅਦ 'ਚ ਮੈਂ ਦੇਖਿਆ ਵੀ ਕੋਟ ਉਹੀ ਪਾਇਆ, ਕੋਟ ਨਹੀਂ ਬਦਲਿਆ ਤੁਸੀਂ। ਨਹੀਂ ਬਿਲਕੁਲ, ਟਾਈਮ ਵੀ ਕਾਫੀ ਘੱਟ ਸੀ ਜੀ, ਅਤੇ ਦੂਜਾ ਇਹ ਹੁੰਦਾ ਵੀ ਇਹ ਕੋਈ ਅਹਿਮੀਅਤ ਨਹੀਂ ਰੱਖਦਾ। ਬਿਲਕੁਲ, ਅਤੇ ਗੱਲ ਹੁੰਦੀ ਕਿ ਕੰਟੈਂਟ ਦੀ, ਅਤੇ ਦੂਜਾ ਕਿ ਸਾਡੇ ਪ੍ਰੋਗਰਾਮਾਂ ਨੂੰ ਬਹੁਤ ਵਧੀਆ ਤੁਸੀਂ ਫੀਡਬੈਕ ਦੇ ਰਹੇ ਹੋ ਜੀ, ਉਹਦਾ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਦਾ ਜਿੰਨੇ ਵੀ ਸਾਨੂੰ ਦੇਖ ਰਹੇ ਆ ਜੀ। ਬਿਲਕੁਲ, ਸੋ ਦਲਜੀਤ ਜੀ, ਤੁਸੀਂ ਗੱਲ ਕੀਤੀ ਕੰਟੈਂਟ ਦੀ, ਤਾਂ ਕੰਟੈਂਟ ਅੱਜ ਖਬਰਾਂ ਕਾਫੀ ਗੰਭੀਰ ਨੇ। ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਪਿਛਲੇ ਸਾਲ ਕਰੋਨਾ ਦਾ ਕਹਿਰ ਚੱਲਿਆ ਅਤੇ ਉਸ ਤੋਂ ਬਾਅਦ ਇੱਕ ਤਰੀਕੇ ਨਾਲ ਗਾਇਬ ਹੋ ਗਿਆ ਸਾਡੇ ਮੰਤਰੀਆਂ ਦੇ ਦਿਮਾਗ 'ਚੋਂ ਜਾਂ ਸਾਡੀਆਂ ਅਖਬਾਰਾਂ 'ਚੋਂ ਇੱਕ ਤਰ੍ਹਾਂ ਗਾਇਬ ਹੋ ਗਿਆ, ਪਰ ਹੁਣ ਫਿਰ ਅਖਬਾਰਾਂ ਦੇ ਸਫ਼ੇ ਕਰੋਨਾ ਦੀਆਂ ਖਬਰਾਂ ਭਰ ਗਏ ਆ। ਉਹਦੇ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਜਿਹੜੀ ਇਸ ਵੇਲੇ ਖਬਰ ਜਿਹੜੀ ਪੰਜਾਬ ਦੇ ਜਿਹੜੇ ਸਿਆਸੀ ਗਲਿਆਰਿਆਂ 'ਚ ਕਾਫੀ ਗਰਮ ਆ, ਮੈਂ ਉਹਦੀ ਗੱਲ ਪਹਿਲਾਂ ਜ਼ਰੂਰ ਕਰਨੀ ਚਾਹੂੰਗਾ। ਜਿਹੜੇ ਕੁੰਵਰ ਵਿਜੇ ਪ੍ਰਤਾਪ ਹੋਣਾ ਦਾ ਅਸਤੀਫਾ ਆ, ਉਹ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਣਾਂ ਨੇ ਮਨਜ਼ੂਰ ਕਰ ਲਿਆ, ਉਹਨੂੰ ਕਿੱਦਾਂ ਦੇਖਦੇ ਹੋ? ਇਹ ਬੜੀ ਤ੍ਰਾਸਦੀ ਵਾਲੀ ਘਟਨਾ ਹੋਈ, ਬੜੀ ਉਮੀਦ ਜਗੀ ਸੀ, ਖਾਸ ਤੌਰ 'ਤੇ 2015 ਦੀ ਜਿਹੜੀ ਘਟਨਾ ਆ ਜੀ, ਬੜੀ ਹਿਰਦੇ ਬਾਧਕ ਘਟਨਾ ਆਪਾਂ ਕਹਿ ਸਕਦੇ ਹਾਂ, ਜਿਹਦੇ ਨਾਲ ਕਿ ਸਾਡੇ ਧਾਰਮਿਕ ਹਲਕਿਆਂ ਦੇ ਵਿੱਚ, ਪੰਥਕ ਹਲਕਿਆਂ ਦੇ ਵਿੱਚ ਵੀ ਬੜਾ ਤਰਸਲੀ ਮਚੀ ਆ, ਨਾਲ ਨਾਲ ਜਿੰਨੇ ਵੀ ਸਿੱਖ ਧਰਮ ਦੇ ਨਾਲ ਸੰਬੰਧਿਤ ਲੋਕ ਸੀ ਉਹਨਾਂ ਦੇ ਵੀ ਹਿਰਦੇ ਬਲੂੰਦਰੇ ਗਏ ਸੀ ਕਿ ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਕਿਸੇ ਹੋਰ ਸਟੇਟ ਦੇ ਵਿੱਚ ਨਹੀਂ, ਪੰਜਾਬ ਜਿਹਨੂੰ ਕਿ ਸਿੱਖ ਰਾਜ ਦੇ ਤੌਰ ਦੇ ਉੱਤੇ ਵੀ ਆਪਾਂ ਜਾਣਦੇ, ਬਿਲਕੁਲ ਮਜੋਰਟੀ ਜਿਹੜੀ ਆ ਸਿੱਖ ਲੋਕ ਰਹਿੰਦੇ ਨੇ ਉੱਥੇ, ਉੱਥੇ ਉਸ ਘਟਨਾ ਜਾਂ ਕਹਿ ਲਓ ਕਿ ਇੱਕ ਉਸ ਉਹਦਾ ਜਨਮ ਸਥਾਨ ਕਹਿ ਲਈਏ ਆਪਾਂ, ਅਤੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ। ਬਿਲਕੁਲ, ਬੇਅਦਬੀ ਤੋਂ ਬਾਅਦ ਪੜਤਾਲ ਚੱਲਦੀ ਆ, ਫਿਰ ਉਹ ਤੋਂ ਬਾਅਦ ਕੁਛ ਪੜਤਾਲ ਨੂੰ ਲੈ ਕੇ ਜਿਹੜਾ ਇੱਕ ਵਿਰੋਧ ਜਾਂ ਇੱਕ ਰੋਸ ਪ੍ਰਦਰਸ਼ਨ ਵੀ ਚੱਲਦੇ ਆ ਜੀ, ਉਹਦੇ ਉੱਤੇ ਸਾਡੀ ਪੁਲਿਸ ਦੇ ਵੱਲੋਂ, ਪੰਜਾਬ ਦੀ ਪੁਲਿਸ ਦੇ ਵੱਲੋਂ ਹੀ ਜਿਹੜੀ ਆ ਗੋਲੀਬਾਰੀ ਕੀਤੀ ਜਾਂਦੀ ਆ, ਜਿਹਦੇ ਨਾਲ ਕਿ ਸਾਡੇ ਕੁਛ ਸਿੱਖ ਨੌਜਵਾਨ ਜਿਹੜੇ ਆ ਉਹ ਸ਼ਹੀਦ ਹੋਏ ਆ ਉੱਥੇ ਜੀ। ਉਹਦੀ ਅੱਜ ਤੱਕ ਪੜਤਾਲ ਚੱਲ ਰਹੀ ਆ, ਅਤੇ ਜਿਹੜੀ ਪਿਛਲੀ ਚੋਣ ਵੀ ਆਪਾਂ ਦੇਖੀ ਆ ਕਿ 2017 ਦੀ ਜਿਹੜੀ ਚੋਣ ਆਈ ਸੀ ਉਹਦੇ ਵਿੱਚ ਕਾਂਗਰਸ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ, ਕਿਉਂਕਿ ਸੈੱਟ ਤਾਂ ਪਹਿਲਾਂ ਵੀ ਬਣ ਚੁੱਕੀ ਸੀ, ਜੋਰਾ ਸਿੰਘ ਕਮਿਸ਼ਨ ਉਹ ਅਕਾਲੀ ਸਰਕਾਰ ਦੇ ਵੇਲੇ ਹੀ ਬਣ ਚੁੱਕਾ ਸੀ, ਜੋਰਾ ਸਿੰਘ ਕਮਿਸ਼ਨ ਨੂੰ ਜਿਸ ਤਰੀਕੇ ਦੇ ਨਾਲ ਨੁਕਰੇ ਲਾਇਆ ਗਿਆ ਕਿ ਉਹ ਬੰਦਾ ਆਪਣੀ ਸਾਰੀ ਤਫਤੀਸ਼ ਕਰਕੇ ਜਦੋਂ ਉੱਥੇ ਪਹੁੰਚਿਆ ਕੋਈ ਲੈਣ ਲਈ ਤਿਆਰ ਨਹੀਂ ਸੀ ਉਹਦੇ ਕੋਲ ਤਫਤੀਸ਼, ਉੱਥੋਂ ਲੱਗਦਾ ਸੀ ਕਿ ਇਹ ਤਾਂ ਬੜਾ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਸਾਨੂੰ ਪਤਾ ਲੱਗੇ ਕਿ ਦੋਸ਼ੀ ਹੈ ਕੌਣ ਆ, ਪਰ ਉਹ ਤੋਂ ਬਾਅਦ ਫਿਰ ਲੋਕਾਂ ਨੇ ਇਹ ਸੋਚਿਆ ਕਿ ਅਸੀਂ ਕਾਂਗਰਸ ਸਰਕਾਰ ਤੋਂ ਉਮੀਦ ਰੱਖਦੇ ਹਾਂ ਕਿ ਅਕਾਲੀਆਂ ਦਾ ਤਾਂ ਸਾਨੂੰ ਪਤਾ ਲੱਗ ਗਿਆ, ਮਜੋਰਟੀ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਂਦਾ ਜੀ, ਉਹ ਪਾਰਟੀ ਜਿਹੜੀ ਕਿ ਅੱਜ ਤੱਕ ਕਹਿ ਲਓ ਕਿ ਇੰਨੀ ਬੁਰੀ ਹਾਲ ਨਹੀਂ ਸੀ ਹੋਇਆ, ਬੁਰਾ ਹਾਲ ਲੋਕਾਂ ਨੂੰ ਇਹਦੀ ਇੱਕ ਰੋਸ ਦੇ ਵਜੋਂ ਕਿ ਸਾਨੂੰ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਪ੍ਰਤੀਕਰਮ ਨਹੀਂ ਮਿਲੇ ਅਕਾਲੀਆਂ ਤੋਂ ਜੀ, ਆਸ ਦੇ ਨਾਲ ਕਾਂਗਰਸ ਸਰਕਾਰ ਲਿਆਂਦੀ ਜੀ, ਇਹਨਾਂ ਨੇ ਫਿਰ ਇੱਕ ਨਵਾਂ ਕਮਿਸ਼ਨ ਬਣਾਇਆ ਰਣਜੀਤ ਸਿੰਘ ਕਮਿਸ਼ਨ, ਉਹ ਤੋਂ ਬਾਅਦ ਫਿਰ ਪੜਤਾਲ ਚੱਲੀ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਬੜੀ ਮੈਂ ਤੂੰ ਵੀ ਹੋਈ ਦੇਖਿਆ ਹੋਣਾ, ਬਿਲਕੁਲ ਨਵਜੋਤ ਸਿੰਘ ਸਿੱਧੂ ਦੇ ਉੱਥੇ ਤੁਸੀਂ ਸੁਣ ਲਓ, ਫਿਰ ਉੱਥੇ ਉਹ ਪੱਟੀ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦੀ ਗੱਲ ਸੁਣ ਲਓ, ਫਿਰ ਤੁਸੀਂ ਜਿਹੜੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਇੰਨਾ ਲੰਬਾ ਅਤੇ ਮੇਰੇ ਖਿਆਲ ਲਾਈਵ ਚੱਲਿਆ ਅਤੇ ਬਹੁਤ ਸਾਰੇ ਲੋਕਾਂ ਨੇ ਉਹ ਲਾਈਵ ਸੈਸ਼ਨ ਦੇਖਿਆ, ਬਿਲਕੁਲ, ਅਤੇ ਉਹਦੇ ਵਿੱਚ ਇੱਕ ਦੂਜੇ ਦੇ ਪੋਤੜੇ ਫੁੱਲੇ ਇਹਨਾਂ ਕਿ ਉਹਦੇ ਵਿੱਚ ਇਹਨਾਂ ਨੇ ਹੁਣ ਤੱਕ ਕੀ ਕੀਤਾ ਜੀ, ਅਤੇ ਉਹ ਤਾਂ ਜਾਣੀ ਕਹਿ ਲਓ ਕਿ ਉਸ ਵੇਲੇ ਕਲੀਅਰ ਤਾਂ ਹੋ ਹੀ ਜਾ ਰਿਹਾ ਕਿ ਕੀ ਚੱਲ ਰਿਹਾ ਇੱਥੇ, ਫਿਰ ਉਹ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਉਹਦੇ ਬਾਰੇ ਵੀ ਗੱਲ ਕੀਤੀ ਜਾਂਦੀ ਆ, ਫਿਰ ਇੱਕ ਸਿੱਟ ਬਣਾਈ ਜਾਂਦੀ ਆ, ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਜਾਂਦੀ ਆ, ਉਹਨੂੰ ਜਿਹੜੀ ਅਗਵਾਈ ਆ ਇਹਨਾਂ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾਂ ਨੂੰ ਦਿੱਤੀ ਜਾਂਦੀ ਆ, ਬੜੇ ਇਮਾਨਦਾਰ ਸ਼ਖਸ ਨੇ, 1998 ਬੈਚ ਦੇ ਅਧਿਕਾਰੀ ਨੇ, ਬਿਲਕੁਲ, ਅਤੇ ਅਜੇ 8 ਸਾਲ ਇਹਨਾਂ ਦੇ ਪਏ ਵੀ ਹੋਏ ਆ ਜੋਬ ਦੇ ਵਿੱਚ ਕਰਨ ਦੇ ਵਿੱਚ ਜੀ, ਉਹਨਾਂ ਤੋਂ ਲੱਗਦਾ ਸੀ ਜਿਸ ਤਰੀਕੇ ਦੇ ਨਾਲ ਪੜਤਾਲ ਅੱਗੇ ਵੱਧ ਰਹੀ ਸੀ, ਲੱਗਦਾ ਸੀ ਜਿਸ ਹਿਸਾਬ ਦੇ ਨਾਲ ਗਵਾਹੀਆਂ ਹੋ ਰਹੀਆਂ ਸੀ,
ਤੇ ਲੱਗਦਾ ਸੀ ਕਿ ਕਿਸੇ ਪੱਤੇ ਕੰਡਣ ਲੱਗ ਜਾਣਾ ਹੈ ਜੀ। ਕਿਉਂਕਿ ਜੇ ਆਪਾਂ ਕਮਿਸ਼ਨ ਦੀ ਗੱਲ ਕਰੀਏ ਪਹਿਲਾਂ ਮਾਰਖੰਡੇ ਕਾਟਜੂ ਹੋਣੀ ਜਿਹੜੇ ਕਿ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਹੈਗੇ ਆ ਬਿਲਕੁਲ ਉਹ ਵੀ ਆ ਕੇ ਇੱਥੇ ਦੇਖ ਕੇ ਚਲੇ ਗਏ ਉਹਨਾਂ ਨੇ ਵੀ ਸਾਰਾ ਕੁਝ ਕਿਸੇ ਨੇ ਕਹਿ ਲਓ ਕਿ ਕਿਸੇ ਨੇ ਕੋਈ ਹੁਣ ਦੇਖੋ ਜਿਹੜੀ ਇਨਵੈਸਟੀਗੇਸ਼ਨ ਟੀਮ ਆ ਉਹਨੇ ਤਾਂ ਇੱਕ ਫੈਕਟ ਇਕੱਠੇ ਕਰਨੇ ਆ ਬਿਲਕੁਲ ਉਹਨੇ ਤਾਂ ਪ੍ਰੂਫ ਇਕੱਠੇ ਕਰਨੇ ਆ ਉਹਨੇ ਪੁਲਿਸ ਦਾ ਕੰਮ ਇੰਨਾ ਹੁੰਦਾ ਕਿ ਉਹਨੇ ਉਹ ਜਿਹੜੇ ਮੌਕੇ ਦੇ ਉੱਤੇ ਕੀ ਹੋਇਆ ਉਹ ਪ੍ਰੂਫ ਲਿਜਾ ਕੇ ਅਦਾਲਤ ਦੇ ਵਿੱਚ ਪੇਸ਼ ਕਰਨੇ ਆ ਹੁਣ ਅਦਾਲਤ ਨੇ ਜੱਜ ਜਿਹੜਾ ਆ ਉਹ ਜਿੱਦਾਂ ਮੈਂ ਪਹਿਲਾਂ ਵੀ ਵਾਰ ਵਾਰ ਇਹ ਗੱਲ ਦੱਸਦਾ ਹੁੰਦਾ ਕਿ ਜੱਜ ਨੂੰ ਪਤਾ ਹੁੰਦਾ ਵੀ ਕੌਣ ਦੋਸ਼ੀ ਪਰ ਉਹਦੇ ਕੋਲ ਇਹ ਹੁੰਦਾ ਉਹਦੀ ਲਿਮਿਟੇਸ਼ਨ ਆ ਕਿ ਉਹਨੇ ਵਕੀਲਾਂ ਦੀ ਗੱਲ ਕਿਹੜਾ ਵਕੀਲ ਜਿੱਤਦਾ ਬਿਲਕੁਲ ਇਹ ਸਾਡੀ ਇੱਕ ਕਹਿ ਸਕਦੇ ਹਾਂ ਕਿ ਸਾਡੇ ਕਾਨੂੰਨ ਦੇ ਵਿੱਚ ਅਸਲ ਦੇ ਵਿੱਚ ਤਾਂ ਇਹ ਆ ਕਿ ਕਾਨੂੰਨ ਦੇ ਵਿੱਚ ਇਹ ਕਿਹਾ ਜਾਂਦਾ ਕਿ ਕਿਸੇ ਦੇ ਨਾਲ ਧੱਕਾ ਨਾ ਹੋਵੇ ਜੀ ਉਹਦੇ ਲਈ ਹਰ ਇੱਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਆ ਜੀ ਕਿ ਤਾਂ ਕਿ ਪੂਰਾ ਪਾਣੀ ਦਾ ਪਾਣੀ ਹੋਵੇ ਪਰ ਉਹਦੀ ਜ਼ਿੰਮੇਵਾਰੀ ਫਿਰ ਵਕੀਲਾਂ ਦੇ ਉੱਤੇ ਹੁੰਦੀ ਹੈ ਜੀ ਉਹ ਵਕੀਲਾਂ ਨੇ ਇਹ ਗੱਲ ਕਰਨੀ ਹੁੰਦੀ ਹੈ ਕਿ ਕੌਣ ਸੱਚਾ ਅਤੇ ਕੌਣ ਝੂਠਾ ਬਿਲਕੁਲ ਬਹੁਤ ਸਾਰੀਆਂ ਫਿਲਮਾਂ ਵੀ ਆਪਣੀਆਂ ਹਿੰਦੀ ਬਣਦੀਆਂ ਹੁੰਦੀਆਂ ਇੱਥੇ ਅੰਧਾ ਕਾਨੂੰਨ ਜਾਂ ਕਹਿੰਦੇ ਹੁੰਦੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਕਾਨੂੰਨ ਅੰਨਾ ਤਾਂ ਹੁੰਦਾ ਕਿਉਂਕਿ ਉਹ ਆਪਣੀਆਂ ਅੱਖਾਂ ਨਾਲ ਕੁਛ ਨਹੀਂ ਵੇਖ ਸਕਦਾ ਉਹਨੂੰ ਜੋ ਜਿਹੜੇ ਸਾਡੇ ਵਕੀਲ ਆ ਉਂਗਲ ਫੜ ਕੇ ਜਿੱਥੇ ਲੈ ਜਾਂਦੇ ਆ ਉਹਨੂੰ ਸਿਰਫ ਉਹੀ ਦਿਸਦਾ ਆ ਅਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਸਾਡੇ ਜੱਜ ਆ ਉਹਨਾਂ ਨੂੰ ਸਭ ਕੁਛ ਪਤਾ ਹੁੰਦਾ ਪਰ ਜਿਸ ਤਰੀਕੇ ਨਾਲ ਪਹਿਲੋਂ ਜਿਹੜੀ ਪੰਜਾਬ ਸਰਕਾਰ ਆ ਜਿਸ ਇਸ ਵੱਡੇ ਮੁੱਦੇ ਨੂੰ ਕਹਿ ਕੇ ਅਤੇ ਇਹ ਜਿੱਤੀ ਆ ਆਪਣਾ ਇਲੈਕਸ਼ਨਾਂ ਜਿੱਤੀ ਆ ਪਰ ਫਿਰ ਵੀ 3 ਸਾਲ ਹੋ ਗਏ ਆ ਜ ਤਕਰੀਬਨ ਜਿਹੜੇ ਨਵੀਆਂ 2022 ਦੀਆਂ ਵੋਟਾਂ ਦਾ ਆਗਾਜ਼ ਹੋ ਚੁੱਕਾ ਆ ਉਹ ਆਉਣ ਵਾਲੀਆਂ ਪਰ ਅਜੇ ਤੱਕ ਸਰਕਾਰ ਵੱਲੋਂ ਕੁਛ ਨਹੀਂ ਕੀਤਾ ਜਾਂਦਾ ਅਤੇ ਇੱਕ ਸਿੱਟ ਬਣਦੀ ਆ ਉਹਨਾਂ ਦਾ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਸ ਬੰਦੇ ਦਾ ਅਸਤੀਫਾ ਦੇ ਦੇਣਾ ਇਹ ਬਹੁਤ ਮੰਦਭਾਗਾ ਆ ਦੇਖੋ ਉਹੀ ਹੈਗਾ ਕਿ ਜਿੱਦਾਂ 1984 ਦਾ ਆਪਾਂ ਕਤਲੇਆਮ ਦੇਖ ਲਈਏ ਉਹ ਅੱਜ ਤੱਕ ਯੂਜ਼ ਕੀਤਾ ਗਿਆ ਉਹਨੂੰ ਜਦੋਂ ਵੋਟਾਂ ਆਉਣੀਆਂ ਉਦੋਂ ਕਹਿਣਾ ਕਿ ਜੀ ਇਹ ਤਾਂ ਬਹੁਤ ਧੱਕਾ ਹੋ ਗਿਆ ਬਿਲਕੁਲ ਉਸ ਤਰੀਕੇ ਦਾ ਇਹ ਹਿਸਾਬ ਕਿਤਾਬ ਹੋ ਗਿਆ 2017 ਦੀਆਂ ਚੋਣਾਂ ਇਸੇ ਹੁਣ ਇੱਥੇ ਦਾ ਵੀ ਇਹੀ ਹਾਲਾਤ ਲੱਗਦੇ ਆ ਕਿ ਅਗਲੀਆਂ 2022 ਦੀਆਂ ਜਿਹੜੀਆਂ ਚੋਣਾਂ ਆ ਉਹਦੇ ਵਿੱਚ ਜਿਹੜੀ ਪਾਰਟੀ ਇਹ ਲੋਕਾਂ ਨੂੰ ਵਿਸ਼ਵਾਸ ਦਵਾਉਂਗੀ ਕਿ ਮੈਂ ਦੋਸ਼ੀਆਂ ਨੂੰ ਜਿਹੜੀ ਸਜ਼ਾ ਦਵਾ ਦੂੰਗਾ ਅਤੇ ਉਹੀ ਸ਼ਾਇਦ ਪਾਰਟੀ ਫਿਰ ਜਿੱਤੇਗੀ ਪਰ ਹੁਣ ਲੋਕਾਂ ਦੇ ਕੋਲ ਅਲਟਰਨੇਟਿਵ ਕੋਈ ਬਚਦਾ ਹੀ ਨਹੀਂ ਜਿਹਨੂੰ ਚੱਕੋ ਜਿਹਦੇ ਉੱਤੇ ਵਿਸ਼ਵਾਸ ਕਰੋ ਉਹ ਬੰਦੇ ਅੱਗੇ ਗਲਤ ਨਿਕਲਦੇ ਆ ਪਰ ਇੱਥੇ ਸਰਕਾਰਾਂ ਦੇ ਨਾਲੋਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਜਿਹੜੇ ਵਕੀਲ ਬਹਿਸਦੇ ਆ ਇੱਕ ਇਹ ਸਾਡਾ ਪੱਖ ਵੀ ਨੰਗਾ ਹੋਇਆ ਆ ਕਿ ਜਿਹੜੀ ਬਿਊਰੋਕਰੇਸੀ ਆ ਜਿਹੜੀ ਹਿਡਨ ਆ ਅਸੀਂ ਨੇਤਾ ਤਾਂ ਸਾਨੂੰ ਸਾਹਮਣੇ ਸਾਡੇ ਦੀਦੇ ਆ ਸਾਡੇ MLA MP ਆ ਉਹ ਤਾਂ ਸਾਡੇ ਤੋਂ ਗਾਲਾਂ ਸਿੱਧੀਆਂ ਖਾਈ ਜਾਂਦੇ ਆ ਚਾਹੇ ਮੀਡੀਆ ਦੇ ਕੋਲੋਂ ਅਤੇ ਚਾਹੇ ਲੋਕਾਂ ਦੇ ਕੋਲੋਂ ਲੋਕ ਸਵਾਲ ਪੁੱਛਦੇ ਆ ਪਰ ਇੱਕ ਹਿਡਨ ਪੱਖ ਆ ਇਹਨਾਂ ਦਾ ਪਿਛੋਕੜ ਇਹਨਾਂ ਦੇ ਪਿੱਛੇ ਇਹਨਾਂ ਦੇ ਪਿੱਛੇ ਕੰਮ ਕਰਨ ਵਾਲੇ ਜਿਹੜੇ ਅਫਸਰ ਆ ਉਹ ਸਭ ਤੋਂ ਜ਼ਿਆਦਾ ਕਰਪਟ ਆ ਬਿਲਕੁਲ ਇਹਨਾਂ ਪੋਲੀਟੀਸ਼ੀਅਨਸ ਦੇ ਨਾਲੋਂ ਵੀ ਇਹ ਇੱਕ ਇੱਕ ਇਹ ਵੀ ਪੱਖ ਹੁਣ ਆਇਆ ਲੋਕਾਂ ਨੂੰ ਇਸ ਗੱਲ ਦੇ ਉੱਤੇ ਵੀ ਅਵੇਅਰ ਹੋਣਾ ਕਿ ਜਿਹੜੇ ਆਫਿਸ ਦੇ ਵਿੱਚ ਬੈਠੇ ਆ ਇਹ ਹਨਾ ਇਹ ਸਭ ਤੋਂ ਜ਼ਿਆਦਾ ਗੁੰਮਰਾਹ ਕਰਦੇ ਆ ਕਿਉਂਕਿ ਜਿਹੜਾ ਇੱਕ ਨੇਤਾ ਆ ਉਹ ਤਾਂ 5 ਪੜਿਆ ਵੀ ਹੋ ਸਕਦਾ 10 ਪੜਿਆ ਵੀ ਹੋ ਸਕਦਾ ਉਹਨੂੰ ਤਾਂ ਨੌਲੇਜ ਹੀ ਕੋਈ ਨਹੀਂ ਬਿਲਕੁਲ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਹੁਣ ਜਿਹੜੇ ਮੰਤਰੀ ਵੀ ਬਣਾ ਦਿੱਤੇ ਜਾਂਦੇ ਆ ਕਿਸੇ ਕੋਲ ਪਸ਼ੂ ਵਿਭਾਗ ਆ ਕਿਸੇ ਕੋਲ ਡੈਰੀ ਵਿਭਾਗ ਆ ਕਿਸੇ ਨੂੰ ਗ੍ਰਹਿ ਮੰਤਰੀ ਬਣਾ ਦਿੱਤਾ ਜਾਂਦਾ ਕਿਸੇ ਨੂੰ ਵਿੱਤ ਮੰਤਰੀ ਬਣਾ ਦਿੱਤਾ ਜਾਂਦਾ ਅਤੇ ਉਹ ਪੜ੍ਹੇ ਕਈ ਵਾਰੀ 12-12 ਅਤੇ ਸਾਡੇ ਸਿੱਖਿਆ ਮੰਤਰੀ ਆ 5 ਪੜ੍ਹੇ ਇੱਕ ਕਤੋਤਾ ਸਿੰਘ ਹੋਣੀ ਉਹ ਸਿੱਖਿਆ ਮੰਤਰੀ ਬਣਾ ਦਿੱਤੇ ਗਏ ਹੁਣ ਤੁਸੀਂ ਦੇਖੋਗੇ ਉਹ ਕਿਹਨਾਂ ਦੇ ਉੱਤੇ ਡਿਪੈਂਡੈਂਟ ਸੀ ਉਹਨਾਂ ਤੋਂ ਜੋ ਮਰਜ਼ੀ ਸਾਈਨ ਕਰਵਾਈ ਜਾਣ ਅਫਸਰ ਇਸ ਕਰਕੇ ਜਿਹੜੇ ਅਫਸਰ ਆ ਚੱਲਦੀ ਉਹਨਾਂ ਦੀ ਹੁੰਦੀ ਆ ਪਰ ਅਫਸਰ ਜਿਹੜੇ ਆ ਇਹ ਜਿਹੜਾ ਜਿਹੜਾ ਕਾਂਡ ਦੇ ਜਿਹੜਾ 2015 ਵਾਲਾ ਆ ਇਹਦੇ ਵਿੱਚ ਅੱਜ ਤੱਕ ਨਿਆਂ ਮਿਲਣ ਦਾ ਕਾਰਨ ਹੀ ਇਹ ਆ ਕਿ ਜਿਹੜੇ ਅਫਸਰ ਆ ਉਹ ਪਹਿਲਾਂ ਹੀ ਇਹ ਸੋਚਦੇ ਆ ਕਿ ਅਸੀਂ ਇਹਨਾਂ ਬੰਦਿਆਂ ਨੇ ਸਾਨੂੰ ਫਾਇਦਾ ਦੇਣਾ ਉਹਨਾਂ ਦੇ ਨਾਲ ਪਹਿਲਾਂ ਹੀ ਡੀਲ ਕਰ ਲਈ ਜਾਂਦੀ ਆ ਇਸ ਆ ਜਿਹੜਾ ਹੁਣ ਦਾ ਇਹ ਵਰਤਾਂਤ ਹੋਇਆ ਇਹ ਤੋਂ ਇੱਕ ਵਾਰੀ ਫਿਰ ਨਸ਼ਰ ਹੋ ਗਿਆ ਕਿ ਸਾਡੀ ਜਿਹੜੀ ਬਿਊਰੋਕਰੇਸੀ ਆ ਜਿਹਨੂੰ ਕਿ ਜਿਹੜੇ ਕਿ ਪੈਸੇ ਲੈਂਦੇ ਆ ਸਾਡੇ ਕੰਮ ਕਰਨ ਦੇ ਲਈ ਅਦਾਲਤਾਂ ਤੱਕ ਸਹਿਯੋਗ ਫੈਕਟ ਜਿਹੜੇ ਆ ਦੇਣ ਦੇ ਲਈ ਪਰ ਉਹਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਲਤ ਕੰਮ ਕੀਤੇ ਆ ਚਾਹੇ ਉਹ ਵਕੀਲਾਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਵੈਸੇ ਤੁਸੀਂ ਕਾਰਜਪਾਲਿਕਾ ਦੇ ਰੂਪ ਦੇ ਵਿੱਚ ਰੱਖ ਲਓ ਸਾਰਿਆਂ ਦੀ ਭੂਮਿਕਾ ਇੱਥੇ ਅੱਜ ਸ਼ੱਕੀ ਆ ਇਕੱਲੇ ਆਪਾਂ ਨੇਤਾਵਾਂ ਨੂੰ ਨਹੀਂ ਵੰਡ ਸਕਦੇ ਖਾਸ ਤੌਰ 'ਤੇ ਜੇ ਮੈਂ ਅਤੁਲ ਨੰਦਾ ਉਹਨਾਂ ਦੀ ਗੱਲ ਕਰਾਂ ਜਿਹੜੇ ਕਿ ਅਟੋਰਨੀ ਜਨਰਲ ਆ ਜੀ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਵਕੀਲ ਜਿਨ੍ਹਾਂ ਦਾ ਵਾਹ ਪੈਂਦਾ ਆ ਉਹਨਾਂ ਤੋਂ ਚਲੋ ਸ਼ਾਇਦ ਪਤਾ ਕਿ ਤੁਸੀਂ ਜਦੋਂ ਕੋਈ ਵਕੀਲ ਨਹੀਂ ਕਰਦੇ ਸਰਕਾਰੀ ਵਕੀਲ ਇੱਕ ਬਹਿਸ ਕਰਨ ਆਉਂਦਾ ਜੀ ਸਰਕਾਰੀ ਵਕੀਲ ਆਉਂਦੇ ਆ ਸਰਕਾਰੀ ਵਕੀਲ ਵੀ ਪੈਸੇ ਖਾਣ ਲਈ ਪਹਿਲਾਂ ਦੇਖਦਾ ਜੀ
ਜਦਕਿ ਉਹ ਗਰੀਬ ਲੋਕਾਂ ਦੇ ਲਈ ਨਿਆਂ ਦੇਣ ਦੇ ਲਈ ਆ, ਪਰ ਉਹ ਵੀ ਦੇਖਦਾ ਹੁੰਦਾ ਫਿਰ ਵਕੀਲਾਂ ਦਾ, ਤੁਸੀਂ ਕੋਰਟ ਦੇ ਵਿੱਚ ਜਿਹੜੇ ਲੋਕਾਂ ਦਾ ਵਾਹ ਪੈਂਦਾ ਆ। ਬਿਲਕੁਲ, ਕੱਲ੍ਹ ਦੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਹੁਣਾਂ ਦੀਆਂ ਕਾਫੀ ਇੰਟਰਵਿਊਜ਼ ਮੀਡੀਆ ਦੇ ਵਿੱਚ ਆ ਰਹੀਆਂ, ਤਾਂ ਉਹਦੇ ਵਿੱਚ ਉਹਨਾਂ ਨੇ ਬਹੁਤ ਅਹਿਮ ਖੁਲਾਸੇ ਕੀਤੇ। ਮੈਂ ਉਹਨਾਂ ਵੱਲ ਜਾਣ ਤੋਂ ਪਹਿਲਾਂ ਟਿੱਪਣੀਆਂ ਦੀ ਗੱਲ ਕਰਦਾ ਤਾਂ ਸਨੀ ਸਿੰਘ ਹੁਣਾਂ ਦੀ ਟਿੱਪਣੀ ਆਈ ਆ, ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਨਾਲ ਦੀ ਨਾਲ ਮੇਜਰ ਹੇਅਰ ਹੁਣਾਂ ਦੀ ਟਿੱਪਣੀ ਆਈ ਹੈ। ਮੈਂ ਇਹਦੇ ਨਾਲ ਕਹਿ ਆਪਣੇ ਦੋਸਤਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਦੋਸਤੋ ਤੁਸੀਂ ਟਿੱਪਣੀ ਦੇ ਨਾਲ ਨਾਲ ਕਾਲ ਕਰਕੇ ਵੀ ਆਪਣੀ ਗੱਲ ਰੱਖ ਸਕਦੇ ਹੋ, ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਕੋਈ ਗੱਲ ਕਰਨੀ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਰੱਖ ਸਕਦੇ ਹੋ। ਉਹਦੇ ਲਈ ਨੰਬਰ ਹੈ ਜੀ ਸਾਡਾ 07335589436। ਜੇ ਤੁਸੀਂ ਆਸਟ੍ਰੇਲੀਆ ਤੋਂ ਬਾਹਰੋਂ ਤੁਸੀਂ ਕਾਲ ਕਰ ਰਹੇ ਹੋ ਤਾਂ +61 7355589436 'ਤੇ ਕਾਲ ਕਰਕੇ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਦਲਜੀਤ ਜੀ, ਤੁਸੀਂ ਗੱਲ ਕਰ ਰਹੇ ਸੀ ਵਕੀਲਾਂ ਦੀ, ਤਾਂ ਜਿਹੜੇ ਜਿਹੜੇ ਕੱਲ੍ਹ ਕੁੰਵਰ ਵਿਜੇ ਪ੍ਰਤਾਪ ਹੁਣਾਂ ਨੇ ਇੰਟਰਵਿਊਜ਼ ਦਿੱਤੀਆਂ ਜਾਂ ਖੁਲਾਸੇ ਕੀਤੇ, ਉਹਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਦੋਸ਼ ਲਾਏ ਆ। ਅਜੇ ਤੱਕ ਤਾਂ ਆਪਾਂ ਦੋਸ਼ ਹੀ ਕਵਾਂਗੇ ਕਿਉਂਕਿ ਕੁਝ ਸਾਬਤ ਨਹੀਂ ਹੋਇਆ, ਪਰ ਉਹਨਾਂ ਨੇ ਕਾਫੀ ਗੰਭੀਰ ਦੋਸ਼ ਲਾਏ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਐਡਵੋਕੇਟ ਜਨਰਲ ਹੁਣਾਂ ਦੀ ਗੱਲ ਕਰੀਏ ਤਾਂ ਨੰਦਾ ਹੁਣਾਂ ਦੀ, ਉਹਦੇ ਵਿੱਚ ਉਹਨਾਂ ਨੇ ਸਿੱਧਾ ਸਿੱਧਾ ਕਿਹਾ ਕਿ ਐਡਵੋਕੇਟ ਜਨਰਲ ਹੁਣੀ ਉਦੋਂ ਹੀ ਚਲੇ ਜਾਂਦੇ ਸੀ, ਮੈਡੀਕਲ ਛੁੱਟੀ 'ਤੇ ਚਲੇ ਜਾਂਦੇ ਸੀ ਜਦੋਂ ਸੁਣਵਾਈ ਹੁੰਦੀ ਸੀ, ਜਿਨ੍ਹਾਂ ਦੀ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਇਹੋ ਜਿਹੇ ਕੇਸ 'ਚ ਹਾਜ਼ਰ ਹੋਣ ਦੀ। ਦੇਖੋ, ਜਿਹੜਾ ਵਕੀਲ ਹੁੰਦਾ ਉਹਨੂੰ ਆਫਿਸਰ ਦਾ ਰੈਂਕ ਦਿੱਤਾ ਗਿਆ ਜੀ। ਬਹੁਤ ਸਾਰੇ ਜਿਹੜੇ ਲੋਕ ਆ ਇਹ ਨਹੀਂ ਜਾਣਦੇ ਹੋਣਗੇ, ਜਿਹੜੇ ਅਫਸਰ ਬਹਿੰਦੇ ਵੀ ਆ ਸਾਡੇ ਜੀ, ਉਹਨਾਂ ਨੂੰ ਸੇਵਕ ਦੇ ਤੌਰ ਦੇ ਉੱਤੇ ਦਿੱਤਾ ਜਾਂਦਾ ਅਹੁਦਾ ਕਿ ਉਹ ਸਾਡੇ ਸੇਵਕ ਆ ਲੋਕਾਂ ਦੇ ਜੀ। ਪਰ ਵਕੀਲ ਜਿਹੜਾ ਆ ਇਹਨੂੰ ਆਫਿਸਰ ਦਾ ਰੈਂਕ ਆ, ਜਾਣੀ ਬਰਾਬਰ ਟੂ DC ਜੀ। ਇਹ ਜਿਹੜੇ ਬੰਦੇ ਆ ਇਹਨਾਂ ਦੇ ਉੱਤੇ ਬਹੁਤ ਵੱਡਾ ਦਾਰੋਮਦਾਰ ਹੁੰਦਾ ਕਿਉਂਕਿ ਇਹਨਾਂ ਨੂੰ ਕਾਨੂੰਨ ਦੀ ਬੜੀ ਨੌਲੇਜ ਹੁੰਦੀ ਜੀ। ਸਾਡੇ ਤੁਸੀਂ ਜੇ ਆਪਾਂ ਆਜ਼ਾਦੀ ਤੋਂ ਪਹਿਲਾਂ ਵੀ ਚੱਲੀਏ ਕਿ ਸਾਡੇ ਜਿਹੜੇ ਮਹਾਨ ਲੀਡਰ ਹੋਏ ਆ ਉਹ ਜ਼ਿਆਦਾਤਰ ਕਾਨੂੰਨਦਾਨੇ ਸੀ ਜੀ, ਚਾਹੇ ਅਸੀਂ ਜਨਾਹ ਦੀ ਗੱਲ ਕਰ ਲਈਏ ਪਾਕਿਸਤਾਨ ਦੇ ਰੱਖ ਲਓ, ਕਿ ਫਿਰ ਤੁਸੀਂ ਡਾਕਟਰ ਅੰਬੇਡਕਰ ਦੀ ਗੱਲ ਕਰ ਲਓ, ਜਵਾਹਰ ਲਾਲ ਨਹਿਰੂ ਦੀ ਕਰ ਲਓ, ਮਹਾਤਮਾ ਗਾਂਧੀ ਦੀ ਕਰ ਲਓ, ਇਹ ਸਾਰੇ ਕਾਨੂੰਨਦਾਨ ਸੀਗੇ ਜੀ। ਕਾਨੂੰਨਦਾਨ ਜਿਹੜੇ ਲੋਕ ਨੇ ਇਹ ਇਹਨਾਂ ਨੂੰ ਪਤਾ ਹੁੰਦੀਆਂ ਕਿ ਕਿੱਦਾਂ ਸਰਕਾਰਾਂ ਦੀਆਂ ਪਾਲਿਸੀਜ਼ ਬਣਦੀਆਂ, ਕਿੱਦਾਂ ਨੀਤੀਆਂ ਚੱਲਦੀਆਂ ਜੀ। ਜੇ ਤਾਂ ਸਾਡੇ ਇਹ ਲੀਡਰ ਆ ਇਹ ਇਮਾਨਦਾਰ ਹੋਣਗੇ, ਜੇ ਵਕੀਲ ਇਮਾਨਦਾਰ ਆ ਕਿਸੇ ਵੀ ਨੇਸ਼ਨ ਦੇ, ਉਹ ਨੇਸ਼ਨ ਵਧੀਆ ਤਰੀਕੇ ਦੇ ਨਾਲ ਜਾਏਗੀ ਜੀ। ਜਿੱਦਾਂ ਮੈਂ ਐਗਜ਼ਾਮਪਲ ਦਿੰਦਾ ਸੀ ਕਿ ਤੁਸੀਂ ਤਹਿਸੀਲ ਦੀ ਕੋਰਟ ਵਿੱਚੇ ਚਲੇ ਜਾਓ ਜੀ, ਸੈਸ਼ਨ ਕੋਰਟ ਦੇ ਵਿੱਚ ਤੁਸੀਂ ਚਲੇ ਜਾਓ, ਜ਼ਿਲ੍ਹੇ ਦੀ ਕੋਰਟ ਦੇ ਵਿੱਚ ਚਲੇ ਜਾਓ, ਡਿਸਟ੍ਰਿਕਟ ਕੋਰਟ ਦੇ ਵਿੱਚ, ਤੁਸੀਂ ਜਾ ਕੇ ਦੇਖੋ ਕਿ ਉੱਥੇ ਸਮਝੌਤੇ ਆ ਵਕੀਲਾਂ ਦੇ ਜੀ। ਬਹਿਸ ਦੇ ਨਾਂ ਦੇ ਉੱਤੇ ਕੀ ਹੁੰਦਾ ਕਿ ਇੱਕ ਜਣਾ ਛੁੱਟੀ ਕਰ ਜਾਂਦਾ ਜੀ, ਵੀ ਕੱਲ੍ਹ ਨੂੰ ਤੂੰ ਛੁੱਟੀ ਕਰ ਜਾਈਂ, ਅਗਲੀ ਪੇਸ਼ੈਂਟ ਨੂੰ ਮੈਂ ਛੁੱਟੀ ਕਰ ਲੂੰ, ਕਲਾਇੰਟ ਨੂੰ ਗੁੰਮਰਾਹ ਕੀਤਾ ਜਾਂਦਾ ਜੀ, ਉਹ ਜੱਜ ਵਿਚਾਰਾ ਉੱਥੇ ਦੇਖਦਾ ਰਹਿੰਦਾ ਆ। ਬਿਲਕੁਲ ਇਹੀ ਕੁਛ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੁਣਾਂ ਨੇ ਕਿਹਾ ਕਿ ਜਦੋਂ ਮੈਂ ਸੁਣਵਾਈ 'ਤੇ ਜਿਹੜਾ ਦਿੱਲੀ ਪਹੁੰਚਦਾ ਸੀ ਤਾਂ ਜਿਹੜੇ ਸਰਕਾਰੀ ਵਕੀਲ ਆ ਜਿਹੜੇ ਸਾਡੇ ਪੱਖ ਤੋਂ ਉੱਥੇ ਕੋਰਟ ਦੇ ਵਿੱਚ ਪੇਸ਼ ਹੁੰਦੇ ਸੀ, ਉਹ ਮੈਨੂੰ ਐਂ ਲੱਗਦਾ ਸੀ ਕਿ ਮੈਨੂੰ ਹੀ ਟੋਰਚਰ ਕਰ ਰਹੇ ਆ, ਕਿਉਂਕਿ ਇੱਕੋ ਹੀ ਸਵਾਲ ਮੈਨੂੰ ਦੁਬਾਰਾ ਦੁਬਾਰਾ ਕੀਤਾ ਜਾਂਦਾ ਸੀ, ਨਾ ਕੋਈ ਨੋਟਸ ਬਣਾਏ ਜਾਂਦੇ ਸੀ, ਸੋ ਮੈਨੂੰ ਕਈ ਵਾਰ ਐਂ ਨਹੀਂ ਸੀ ਸਮਝ ਲੱਗਦੀ ਕਿ ਉਹ ਕਿਹੜੇ ਪਾਸਿਓਂ ਜਿਹੜੇ ਪੇਸ਼ ਹੋ ਰਹੇ ਆ। ਦੇਖੋ, ਮੈਂ ਇਸੇ ਕਰਕੇ ਮੈਂ ਉਹ ਪੱਖ ਨਹੀਂ ਦੱਸ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਹੁਣਾਂ ਨਾਲ ਕੀ ਹੋ ਰਿਹਾ ਜੀ, ਮੈਂ ਉਹ ਪੱਖੇ ਨਹੀਂ ਰੱਖ ਰਿਹਾ ਜੀ। ਹੋ ਸਕਦਾ ਕਿ ਉਹ ਕੀ ਕਹਿ ਰਹੇ ਆ ਮੈਨੂੰ ਨਹੀਂ ਪਤਾ, ਹੋ ਸਕਦਾ ਕੱਲ੍ਹ ਨੂੰ ਕੋਈ ਬੰਦਾ ਉੱਠੇ ਅਤੇ ਉਹ ਕਹਿ ਦੇਵੇ ਵੀ ਵਿਜੇ ਪ੍ਰਤਾਪ ਦੇ ਮੈਂ ਦੋਸ਼ ਗਲਤ ਹੋ ਗਏ ਉਹ ਜੀ, ਹੋ ਸਕਦਾ ਇਹ ਜੀ, ਆਪਾਂ ਇਹ ਉਹਨਾਂ ਦੇ ਵਿਚਾਰ, ਬਿਲਕੁਲ ਇਹ ਉਹਨਾਂ ਦੇ ਵਿਚਾਰ, ਪਰ ਮੈਂ ਦੱਸ ਰਿਹਾ ਕਿ ਢਾਂਚਾ ਕੀ ਆ ਉੱਥੇ ਸਾਡਾ ਜੀ, ਸਾਡੇ ਉੱਥੇ ਵਕੀਲ ਕੰਮ ਕਿੱਦਾਂ ਕਰਦੇ। ਬਿਲਕੁਲ, ਜੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੋਸ਼ ਲਾ ਰਹੇ ਆ, ਆਮ ਲੋਕਾਂ ਨੂੰ ਇਹ ਜ਼ਰੂਰ ਪਤਾ ਵਕੀਲ ਕਰਦੇ ਇੱਦਾਂ, ਬਿਲਕੁਲ ਵਕੀਲਾਂ ਦਾ ਖੰਮੇ ਹੀ ਇੱਦਾਂ ਆ, ਵਕੀਲਾਂ ਨੂੰ ਜਦੋਂ ਤੁਹਾਡਾ ਕੋਈ ਵਕੀਲ ਵੀ ਹੁੰਦਾ ਦੂਜੀ ਧਿਰ ਉਹਦੇ ਨਾਲ ਜਾ ਕੇ ਉਹ ਸਮਝੌਤਾ ਕਰ ਲੈਂਦੇ ਆ ਜੀ। ਇਹ ਬਹੁਤ ਵਾਰੀ ਦੇਖਣ ਦੇ ਵਿੱਚ ਆਇਆ ਕਿ ਤੁਹਾਡੇ ਕੋਲੋਂ ਪੈਸੇ ਲਏ ਹੁੰਦੇ ਆ ਤੇ ਬਾਅਦ ਦੇ ਵਿੱਚ ਤੁਹਾਡੇ ਵਿਰੋਧ ਦੇ ਵਿੱਚ ਵਕੀਲ ਭੁਗਤ ਜਾਂਦਾ ਜੀ, ਉਹ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਦਾ, ਚਾਹੇ ਤੁਸੀਂ ਹਾਈ ਕੋਰਟ ਦੇ ਵਿੱਚ, ਤੁਹਾਨੂੰ ਹਜ਼ਾਰਾਂ ਹੀ ਲੋਕ ਮਿਲ ਜਾਣਗੇ ਇਦਾਂ ਦੇ ਜੀ, ਜਿਹੜੇ ਲੋਕ ਕਿ ਉਹ ਕਹਿ ਦਿੰਦੇ ਆ ਜੀ ਵਕੀਲ ਖਰੀਦਿਆ ਗਿਆ, ਇਹ ਤੁਸੀਂ ਤੁਹਾਨੂੰ ਪਿੰਡ ਦੇ ਵਿੱਚ ਦੋ ਤਿੰਨ ਬੰਦੇ ਇਦਾਂ ਦੇ ਲੱਭ ਜਾਣਗੇ ਕਿ ਤੁਹਾਡਾ ਕਦੀ ਵਾਹ ਪਿਆ ਜੀ ਖਰੀਦੇ ਹੋਏ ਵਕੀਲ ਦੇ ਨਾਲ ਜੀ। ਇਸ ਕਰਕੇ ਸਰਕਾਰਾਂ ਹੋਰ ਤਾਂ ਕਾਨੂੰਨ ਬਣਾਉਂਦੀਆਂ, ਪਰ ਜਿਨ੍ਹਾਂ ਦੇ ਹੱਕ ਦੇ ਵਿੱਚ ਜਿਨ੍ਹਾਂ ਨੇ ਇਹਨਾਂ ਕਾਨੂੰਨਾਂ ਦੇ ਲਈ ਲੜਨਾ, ਕੀ ਉਹ ਲੋਕ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਆ ਜੀ? ਅਤੇ ਤੁਸੀਂ ਪੈਸਿਆਂ ਦੀ ਗੱਲ ਦੇਖੋ, ਇੱਕ ਉਹਨਾਂ ਨੇ ਹੋਰ ਵੀ ਦੋਸ਼ ਲਾਇਆ ਕਿ ਇਹਨਾਂ ਦਾ 55 ਲੱਖ ਰੁਪਈਆ ਇੱਕ ਰਾਤ ਦਾ, ਬਿਲਕੁਲ ਤਾਜ ਹੋਟਲ 'ਚ ਰਹਿਣ ਦਾ ਖਰਚਾ ਸੀ, ਇੱਕ ਰਹਿਣ ਦਾ ਖਰਚਾ ਸੀ। ਉਹ ਕਹਿੰਦੇ ਕਿ ਜੇ ਇੱਕ ਦਿਨ ਉਹਨਾਂ ਨੂੰ ਤਾਜ ਹੋਟਲ 'ਚ ਕਮਰਾ ਨਹੀਂ ਮਿਲਿਆ, ਮੈਰੀਅਟ 'ਚ ਮਿਲਿਆ, ਤਾਂ ਉਹ ਨਖਰੇ ਝੱਲਣੇ ਪਏ ਸਾਨੂੰ। ਹੁਣ ਇਹਨੂੰ ਤਾਂ ਪ੍ਰੂਫ ਕੀਤਾ ਜਾ ਸਕਦਾ, 55 ਲੱਖ ਉਹ ਸਾਡੇ ਖਜ਼ਾਨੇ ਦੇ ਵਿੱਚੋਂ ਹੀ ਗਿਆ। ਬਿਲਕੁਲ, ਜਿਹੜੇ ਮਨਪ੍ਰੀਤ ਬਾਦਲ ਹੋਣੀ ਅੱਜ ਤੱਕ ਰੌਲਾ ਪਾਉਂਦੇ ਆ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ ਜੀ,
ਉਹ ਕੀ ਅੱਜ ਬੋਲਣ ਦਾ ਉਹਨਾਂ ਨੂੰ ਅਧਿਕਾਰ ਹੈ ਨਹੀਂ ਕਿ ਜੀ ਆ 55 ਲੱਖ ਰੁਪਈਆ ਜਿਹੜਾ ਅਸੀਂ ਵੇਸਟ ਕੀਤਾ, ਜੀ ਸਾਡੀ ਉਹ ਮਨੀ ਨੂੰ ਪੈਸੇ ਨੂੰ ਬਰਬਾਦ ਕੀਤਾ, ਸਾਡੇ ਟੈਕਸ ਪੇਅਰ ਦਾ ਪੈਸਾ ਉੱਥੇ ਗਿਆ। ਬਿਲਕੁਲ, ਜਿਹੜੇ ਲੋਕ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦਾ 55 ਲੱਖ ਰੁਪਈਆ, ਇਹ ਤਾਂ ਇੱਕ ਰਾਤ ਦਾ। ਜੀ ਤੁਸੀਂ ਹੋਰ ਖਰਚੇ ਜਿਹੜੇ ਆ ਉਹਨਾਂ ਦੇ ਮੈਡੀਕਲ ਭੱਤੇ, ਪਤਾ ਨਹੀਂ ਕੀ ਉਹ ਕਰਦੇ ਹੋਣੇ, ਕਿ ਉਹ ਆਪ ਦੋਸ਼ ਲਾ ਰਹੇ ਵੀ ਇੱਕ ਪੇਸ਼ੀ ਦਾ ਜਿਹੜਾ ਖਰਚਾ ਸੀ ਉਹ ਵਿਜੇ ਪ੍ਰਤਾਪ ਸਿੰਘ ਦੀ 3 ਸਾਲ ਦੀ ਤਨਖਾਹ ਦੇ ਬਰਾਬਰ ਸੀ, ਜਿਹੜਾ IPS ਆਫੀਸਰ ਆ। ਬਿਲਕੁਲ, ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਕਿੱਦਾਂ ਖਜ਼ਾਨੇ ਨੂੰ ਇਹ ਸੇਂਕ ਵਾਂਗੂ ਲੱਗੇ ਆ। ਹੁਣ ਇਹ ਖਜ਼ਾਨਾ ਇਹ ਕੌਣ ਖਾਲੀ, ਮਨਪ੍ਰੀਤ ਬਾਦਲ ਜੀ ਇੱਕ ਦੱਸੋ ਇਹ ਕੌਣ ਖਾਲੀ ਕਰ ਰਿਹਾ, ਇਹ ਕੌਣ ਬੰਦੇ ਨੇ, ਇਹ ਤਾਂ ਲੋਕਾਂ ਨੂੰ ਹੁਣ ਨਸ਼ਰ ਹੋਣਾ ਚਾਹੀਦਾ, ਇਹ ਇਹਨਾਂ ਤੋਂ ਪੈਸੇ ਸਾਨੂੰ ਵਾਪਸ ਲੈ ਕੇ ਦਿਓ, ਕਿਉਂਕਿ ਸਾਡੇ ਲੋਕਾਂ ਦੇ ਪੈਸੇ ਨੇ। ਨਸ਼ਰ ਤਾਂ ਮੈਨੂੰ ਲੱਗਦਾ ਦਲਜੀਤ ਜੀ ਲੋਕਾਂ ਨੂੰ ਹੈ, ਪਰ ਲੋਕਾਂ ਦਾ ਵੱਸ ਨਹੀਂ ਚੱਲਦਾ ਇੱਦਾਂ ਦੇ, ਪਤਾ ਨਹੀਂ ਕਿੰਨੀ ਵਾਰ ਨਸ਼ਰ ਹੋ ਚੁੱਕਾ ਹੈ ਉਹਨਾਂ ਨੂੰ ਸਾਰਾ ਕੁਛ। ਇਹ ਜਿਹੜੇ ਮਨਪ੍ਰੀਤ ਬਾਦਲ ਹੁਣੇ ਵੀ ਉਹ ਰੌਲਾ ਪਾਉਂਦੇ ਆ ਕਿ ਖਜ਼ਾਨਾ ਖਾਲੀ ਹੈ, ਇਹ ਸਭ ਕੁਛ ਉਹਨਾਂ ਨੂੰ ਪਤਾ ਆ, ਇਹ ਉਹਨਾਂ ਦੇ ਹੱਥੋਂ ਹੀ ਨਿਕਲ ਕੇ ਜਾਂਦਾ, ਪਰ ਇਹ ਲੋਕਾਂ ਦੇ ਵੱਸ ਕੁਛ ਨਹੀਂ ਹੁੰਦਾ। ਬਿਲਕੁਲ, ਇਹ ਤੁਹਾਡੀ ਗੱਲ ਜਾਇਜ਼ ਆ, ਜਦੋਂ ਖਰਚੇ ਜਾਂਦੇ ਤੇ ਆਊਟਪੁੱਟ ਨਹੀਂ ਨਿਕਲਦੇ। ਹੁਣ ਅੱਜ ਇਹ ਇਸ ਕੇਸ ਦਾ ਕੋਈ ਆਊਟਪੁੱਟ ਨਿਕਲਦਾ, ਮੰਨ ਲਓ ਕਿਸੇ ਵੀ ਪਾਸੇ ਕੇਸ ਜਾਂਦਾ, ਜਦੋਂ ਇਹ ਕਹਿ ਦਿੱਤਾ ਗਿਆ ਜੀ ਸੈੱਟ ਨੂੰ ਹੁਣ ਦੁਬਾਰਾ ਤੋਂ ਬਣਾਉਣੀ ਆ, ਬਿਲਕੁਲ ਇਹ ਤਾਂ ਇੱਕ ਤਰ੍ਹਾਂ ਨਾਲ ਗੁੰਮਰਾਹ ਕਰਨਾ ਹੈ ਨਾ। ਤੁਸੀਂ ਹਰ ਬੰਦੇ ਨੂੰ, ਤੁਸੀਂ ਕਹਿੰਦੇ ਆ ਕਿ ਹਰ ਚੀਜ਼ ਦੀ ਇੱਕ ਕੁਆਲਿਟੀ ਹੁੰਦੀ ਹੈ, ਇੱਕ ਗਰੰਟੀ ਹੁੰਦੀ ਆ। ਮੰਨ ਲਓ ਕਿ ਆ ਸਾਡੇ ਕੋਲ ਫੋਨ ਪਿਆ, ਫੋਨ ਵਾਲੇ ਨੂੰ ਅਸੀਂ ਪੁੱਛਦੇ ਹਾਂ ਜੀ ਇਹਦੀ 10 ਸਾਲ ਦੀ ਗਰੰਟੀ ਹੈ, 10 ਸਾਲਾਂ ਦੇ ਵਿੱਚ ਇਹ ਖਰਾਬ ਹੁੰਦਾ ਅਸੀਂ ਇਹਨੂੰ ਜਾਂ ਬਦਲ ਕੇ ਦੇਵਾਂਗੇ ਜਾਂ ਇਹਨੂੰ ਰਿਪੇਅਰ ਕਰਕੇ ਦੇਵਾਂਗੇ। ਹੁਣ ਜਿਹੜੇ ਵਕੀਲ ਆ ਇੰਨਾ ਪੈਸਾ ਲੈ ਗਏ ਆ, ਇਹਨਾਂ ਨੇ ਸਾਨੂੰ ਕੀ ਗਰੰਟੀ ਦਿੱਤੀ ਆ? ਹਰ ਜੋਬ ਦਾ ਕੋਈ ਤੁਸੀਂ ਕਲੈਰੀਫਿਕੇਸ਼ਨ ਦਿੰਦੇ ਆ ਉੱਥੇ, ਹੁਣ ਉਹ ਦੇਖੋ ਉੱਥੇ ਕੀ ਹੋਇਆ ਅਦਾਲਤਾਂ ਦੇ ਵਿੱਚ ਇਹ ਸਾਨੂੰ ਨਹੀਂ ਪਤਾ, ਜੀ ਪਰ ਜਿੱਥੇ ਤੱਕ ਇਹ ਦੋਸ਼ ਲੱਗ ਰਹੇ ਆ ਉਹ ਆਮ ਲੋਕਾਂ ਦੇ, ਮੈਂ ਤਜਰਬੇ ਦੇ ਆਧਾਰ ਦੇ ਉੱਤੇ ਕਹਿ ਸਕਦਾ, ਮੈਂ ਆਪਣੇ ਤਜਰਬੇ ਦੇ ਆਧਾਰ ਦੇ ਉੱਤੇ, ਪਰਿਵਾਰਕ ਤਜਰਬਿਆਂ ਦੇ ਆਧਾਰ ਦੇ ਉੱਤੇ ਵੀ ਇਹ ਗੱਲ ਕਹਿ ਸਕਦਾ ਕਿ ਜਿਹੜੇ ਵਕੀਲ ਲੋਕ ਨੇ ਬਹੁਤ ਘੱਟ ਲੋਕ ਨੇ, ਤੇ ਜਿਹੜੇ ਘੱਟ ਲੋਕ ਨੇ ਉਹ ਬਹੁਤ ਗਰੀਬ ਨੇ। ਬਿਲਕੁਲ, ਵਕੀਲਾਂ ਦੇ ਵਿੱਚ ਵੀ 2 ਕੈਟੇਗਰੀਜ਼ ਨੇ, ਇੱਕ ਤਾਂ ਬਹੁਤ ਅਮੀਰ ਜਿਹੜੀ ਆ ਉਹਨਾਂ ਦੀ ਸ਼ਾਨੋ ਸ਼ਾਕ ਤੇ ਬਹੁਤ ਆ, ਤੁਸੀਂ ਤਹਿਸੀਲ ਦੇ ਵਿੱਚ ਚਲੇ ਜਾਓ ਵੱਡੇ ਵੱਡੇ ਆਫਿਸ ਉਹਨਾਂ ਨੇ ਬਣਾਏ ਹੋਏ ਆ, ਉੱਥੇ ਇੱਕ ਤੈਅ ਕੀਤਾ ਜਾਂਦਾ, ਲੋਕਾਂ ਨੂੰ ਖਰੀਦਿਆ ਜਾਂਦਾ, ਕਾਨੂੰਨ ਨੂੰ ਖਰੀਦਿਆ ਜਾਂਦਾ, ਸੌਦੇ ਕੀਤੇ ਜਾਂਦੇ ਆ, ਕਤਲ ਦੇ ਦੋਸ਼ੀ ਨੂੰ ਕਿਹਾ ਜਾਂਦਾ ਮੈਂ ਤੈਨੂੰ ਬਚਾਊਂਗਾ, ਕਤਲ ਦੇ ਦੋਸ਼ੀ। ਬਿਲਕੁਲ, ਤੂੰ ਜੇ ਮੇਰਾ ਤਾਂ ਜੀ ਤਜਰਬਾ ਰਿਹਾ ਵਕੀਲ ਦੱਸਦਾ, ਮੈਂ ਤਾਂ ਕਤਲ ਦੇ ਇੰਨੇ ਦੋਸ਼ੀ ਬਿਛਾਏ ਆ, ਇੱਕ ਤਰ੍ਹਾਂ ਦੇ ਨਾਲ ਉਹ ਆਪਣਾ ਕਿਰਦਾਰ ਵੀ ਸਿੱਧ ਕਰ ਰਿਹਾ ਕਿ ਜਦ ਤੈਨੂੰ ਪਤਾ ਵੀ ਆ ਕਿ ਇਹ ਬੰਦਾ ਦੋਸ਼ੀ ਆ, ਨੋ ਡਾਊਟ ਕਿ ਪੱਖ ਰੱਖਣ ਦਾ ਹਰ ਇੱਕ ਨੂੰ ਅਧਿਕਾਰ ਆ, ਕਾਨੂੰਨ ਭਾਰਤ ਦਾ ਕਾਨੂੰਨ ਇਹ ਕਹਿੰਦਾ ਡੈਮੋਕ੍ਰੇਸੀ ਦਾ ਕਿ ਚਾਹੇ ਉਹ ਮੁਜਰਮ ਵੀ ਆ ਉਹਨੂੰ ਅਧਿਕਾਰ ਆ ਇਹ ਕਿ ਉਹਨੂੰ ਜਿਹੜਾ ਆਪਣਾ ਪੱਖ ਰੱਖਣ ਦੀ ਅਦਾਲਤ ਦੇ ਵਿੱਚ ਹੈ, ਪਰ ਜਿਹੜੇ ਵਕੀਲ ਇਹ ਕਰਦੇ ਨੇ ਮੇਰੇ ਹਿਸਾਬ ਦੇ ਨਾਲ ਉਹਨਾਂ ਦਾ ਵੀ ਉਸ ਮਰਡਰ ਦੇ ਵਿੱਚ, ਉਸ ਦੋਸ਼ੀ ਦੇ ਵਿੱਚ ਭਾਈਵਾਲਤਾ ਹੋ ਜਾਂਦਾ। ਰੌਲਾ ਇਹ ਨਾ ਦਲਜੀਤ ਜੀ ਕਿ ਸਾਡੇ ਦੇਸ਼ ਦੇ ਵਿੱਚ ਜੇ ਜੇ ਬਿਊਰੋਕਰੇਸੀ ਦੀ ਗੱਲ ਕਰੀਏ ਜਾਂ ਪੋਲਿਟਿਕਸ ਦੀ ਗੱਲ ਕਰੀਏ ਤਾਂ ਪੈਸਾ ਜਾਂ ਲਾਲਚ ਬਹੁਤ ਜ਼ਿਆਦਾ ਹਾਵੀ ਆ। ਅਸੀਂ ਇਹ ਨਹੀਂ ਵੇਖਦੇ ਕਿ ਕੰਮ ਸਹੀ ਆ ਜਾਂ ਗਲਤ ਆ, ਉਹਦੇ ਵਿੱਚ ਇਹ ਵੇਖਦੇ ਕਿ ਮਾਇਆ ਕਿੰਨੀ ਆਉਣੀ ਆ, ਸਾਡੀ ਜੇਬ ਕਿੰਨੀ ਭਰਨੀ ਆ। ਇਹਦੇ ਵੀ ਹੁਣ 2 ਪੱਖ ਇਹ ਹੈਗੇ ਕਿ ਹੁਣ ਦੇਖੋ ਬਹੁਤ ਸਾਰੇ ਲੋਕ ਨੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਗੱਲ ਲਾ ਲਓ, ਜੀ ਬਹੁਤ ਪੈਸਾ ਕਮਾਇਆ ਉਹਨਾਂ ਨੇ ਵੀ, ਬਹੁਤ ਆਲੀਸ਼ਾਨ ਹੋਟਲ ਬਣਾਏ ਨੇ, ਜੀ ਉਮਰ ਵੀ ਹੁਣ ਮੈਨੂੰ ਲੱਗਦਾ ਵੀ 90 ਸਾਲ ਤੋਂ ਉੱਤੇ ਹੋ ਗਈ ਆ। ਕੀ ਹੁਣ ਉਹੀ ਚਾਹਤ ਆ ਜਿਹੜੀ ਉਹਨਾਂ ਦੇ ਕੋਲ 40-45 ਸਾਲ ਦੀ ਉਮਰ ਦੇ ਵਿੱਚ ਸੀ? ਜੀ ਕੀ ਅੱਜ ਉਹਨਾਂ ਦਾ ਸਰੀਰ ਜਾਂ ਅੱਜ ਵੀ ਉਹੀ ਭੁੱਖ ਆ ਜਿਹੜੀ 40-45 ਸਾਲ ਦੇ ਵਿੱਚ ਸੀ? ਜੀ ਇਹ ਬੰਦੇ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਜਦੋਂ ਤੁਹਾਡੀ ਇੱਕ ਏਜ ਆਉਣੀ ਆ ਉਸ ਵੇਲੇ ਤੁਹਾਨੂੰ ਕੋਈ ਕੱਪੜੇ ਤੁਹਾਡੇ ਮੈਟਰ ਨਹੀਂ ਕਰਦੇ, ਜੀ ਉਸ ਵੇਲੇ ਤੁਹਾਡੀ ਖੁਰਾਕ ਤੁਹਾਨੂੰ ਇਜਾਜ਼ਤ ਨਹੀਂ ਦਿੰਦੀ, ਉਸ ਵੇਲੇ ਤੁਹਾਡਾ ਮਨ ਚਾਹੁੰਦਾ ਹੁੰਦਾ ਵੀ ਮੈਂ ਉਛਲ ਕੁੱਦਲ ਕਰਾਂ, ਜੀ ਪਰ ਸਰੀਰ ਤੁਹਾਨੂੰ ਇਜਾਜ਼ਤ ਨਹੀਂ ਦਿੰਦਾ। ਪਰ ਦਲਜੀਤ ਜੀ ਇੱਥੇ ਮੈਂ ਜ਼ਰੂਰ ਕਹਿਣੀ ਚਾਹੂੰਗਾ ਇੱਕ ਗੱਲ, ਤੁਸੀਂ ਕਿਹਾ ਕਿ ਭੁੱਖ ਸ਼ਾਇਦ ਉਹੀ ਆ ਜਾਂ ਨਹੀਂ, ਇਹ ਜ਼ਰੂਰ ਵੇਖਣੀ ਚਾਹੀਦੀ ਹੈ ਗੱਲ, ਪਰ ਮੈਨੂੰ ਲੱਗਦਾ ਸ਼ਮਤਾ ਚਾਹੇ ਉਹ ਹੋਵੇ ਨਾ ਹੋਵੇ ਸਾਡੇ ਲੀਡਰਾਂ ਦੀ, ਕਿਉਂਕਿ ਜਦੋਂ ਉਮਰ ਬਦਲਦੀ ਉਮਰ ਦੇ ਨਾਲ ਸ਼ਮਤਾ ਜ਼ਰੂਰ ਘੱਟਦੀ ਆ, ਪਰ ਭੁੱਖ ਇਹਨਾਂ ਦੀ ਦਿਨੋਂ ਦਿਨ ਵੱਧਦੀ ਆ, ਇਹ ਜ਼ਰੂਰ। ਇਸੇ ਕਰਕੇ ਇਹੀ ਕਾਰਨ ਆ ਜੀ ਕਿ ਉਹ ਦੂਜਿਆਂ ਦੇ ਅੱਗੇ ਮਿਸਾਲ ਨਹੀਂ ਪੈਦਾ ਕਰਕੇ ਜਾਂਦੇ, ਜੀ ਇੱਕ ਰਾਜੇ ਦੀ ਮਿਸਾਲ ਦਿੱਤੀ ਜਾਂਦੀ ਆ ਕਿ ਉਹਨੇ ਸਾਰੀ ਉਮਰ ਆਪਣਾ ਧਨ ਜੋੜਿਆ, ਜੀ ਉਹ ਫਿਰ ਜਦੋਂ ਲਾਸਟ ਦੇ ਰੀਅਲਾਈਜ਼ ਕਰਦਾ ਵੀ ਮੈਨੂੰ ਤਾਂ ਹੁਣ ਕੋਈ ਬਚਾ ਨਹੀਂ ਸਕਦਾ, ਜੀ ਤੇ ਉਹ ਕਹਿੰਦਾ ਵੀ ਮੇਰੇ ਕਵਰ ਦੇ ਵਿੱਚੋਂ ਹੱਥ ਬਾਹਰ ਰੱਖ ਦਿੱਤੇ ਜੀ। ਇਹ ਆਪਾਂ ਨੂੰ ਕਹਾਵਤ ਸੁਣਾਈ ਜਾਂਦੀ, ਕਹਾਣੀ ਸੁਣਾਈ ਜਾਂਦੀ ਹੈ, ਪਰ ਸਾਡੇ ਜਿਹੜੇ ਲੀਡਰ ਆ ਇਹ ਕੋਈ ਸਾਡੇ ਅੱਗੇ ਮਿਸਾਲੀ ਕੋਈ ਕਾਰਵਾਈ ਨਹੀਂ ਕਰਕੇ ਜਾਂਦੇ। ਜੇ ਅਸੀਂ ਮਿਸਾਲ ਦੇਣੀ ਹੋਵੇ, ਮਿਸਾਲ ਦੇ ਵੈਸੇ ਅਸੀਂ ਲਾਲ ਬਹਾਦਰ ਸ਼ਾਸਤਰੀ ਦੀ ਮਿਸਾਲ ਦੇ ਸਕਦੇ ਹਾਂ,
ਜਿਸ ਬੰਦੇ ਨੇ ਕਾਰ ਦਾ ਜਿਹੜਾ ਇੱਕ ਫੀਅਟ ਕਾਰ ਜਿਹੜੀ ਮਿਲੀ ਆ ਜੀ, ਉਹ ਵੀ ਆਪਣੀ ਪੈਨਸ਼ਨ ਦੇ ਵਿੱਚ ਉਹ ਵਿਚਾਰੇ ਨੇ ਉਹਦਾ ਦਿੰਦਾ ਰਿਹਾ ਜੀ। ਉਹਦੀ ਮੌਤ ਵੀ ਹੋ ਗਈ, ਉਹਦੀ ਵਾਈਫ ਨੇ ਕਿਹਾ ਨਹੀਂ ਮੈਂ ਇਹਦੇ ਪੈਸੇ ਜਿਹੜੇ ਆ ਆਪਣੀ ਪੈਨਸ਼ਨ ਦੇ ਵਿੱਚੋਂ ਦਿਉ ਜੀ। ਉਹਨੇ ਲੋਨ ਇੱਦਾਂ ਉਤਾਰਿਆ ਜੀ। ਬਾਬੂ ਕਾਂਸ਼ੀ ਰਾਮ ਦੀ ਤੁਸੀਂ ਇਗਜ਼ਾਮਪਲ ਲੈ ਲਓ ਜੀ, ਉਹਨੇ ਆਪਣਾ ਇੱਕ ਮਰਲਾ ਨਹੀਂ ਉਹਦੇ ਘਰ ਨਾਂ ਦੇ ਉੱਤੇ ਜੀ। ਬਹੁਤ ਸਾਰੇ ਲੀਡਰ ਤੁਹਾਨੂੰ ਇੱਦਾਂ ਦੇ ਮਿਲ ਜਾਣਗੇ ਜਿਹੜੇ ਲੀਡਰ ਸਿਰਫ ਆਪਣੇ ਲਈ ਨਹੀਂ ਲੋਕਾਂ ਦੇ ਲਈ ਜੀਵੇ ਜੀ। ਹਰ ਪਾਰਟੀ ਦੇ ਵਿੱਚ ਹੈਗੇ ਆ, ਅਕਾਲੀ ਦਲ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਹੈਗੇ ਆ ਜਿਹਨਾਂ ਨੇ, ਕਿ ਦਰਸ਼ਨ ਸਿੰਘ ਹੋਣਾ ਦੀ ਇਗਜ਼ਾਮਪਲ ਲੈ ਲਓ ਜੀ, ਉਹ ਵੀ MP ਸੀਗੇ ਜੀ, ਉਹਨਾਂ ਨੇ ਦੇਖੋ ਭੁੱਖ ਹੜਤਾਲ ਰੱਖੀ ਅਤੇ ਆਪਣੀ ਜਾਨ ਬਾਰ ਦਿੱਤੀ। ਬਿਲਕੁਲ, ਇਸ ਕਰਕੇ ਤੁਸੀਂ ਉਹ ਵੀ ਅਕਾਲੀ ਸੀਗੇ ਜੀ। ਬਹੁਤ ਸਾਰੇ ਇੱਦਾਂ ਦੀਆਂ ਤੁਹਾਨੂੰ ਮਿਸਾਲੀ ਮਿਲ ਜਾਣਗੀਆਂ ਜਿਹਨਾਂ ਦੀਆਂ ਅੱਜ ਵੀ ਅਸੀਂ ਗੱਲਾਂ ਕਰਨੀਆਂ, ਪਰ ਜਿਹੜੇ ਲੋਕਾਂ ਦੀ ਤੁਸੀਂ ਗੱਲ ਕਰਦੇ ਹੋ ਇਹ ਭੁੱਖੇ ਲੋਕਾਂ ਦੀ ਜੀ, ਇਹਨਾਂ ਦਾ ਜਦੋਂ ਵੀ ਨਾਂ ਲਿਆ ਜਾਣਾ ਉਹ ਨੈਗੇਟਿਵ ਐਨਰਜੀ ਦੇ ਨਾਲ ਹੀ ਲਿਆ ਜਾਣਾ ਜੀ, ਕਿਉਂਕਿ ਅਸਲੀ ਜਿਹੜੀ ਤੁਹਾਡੀ ਕਮਾਈ ਹੁੰਦੀ ਆ ਉਹ ਮੌਤ ਤੋਂ ਬਾਅਦ ਹੁੰਦੀ ਆ ਜੀ। ਲੋਕ ਕਿਸ ਤਰੀਕੇ ਦੇ ਨਾਲ ਤੁਹਾਨੂੰ ਯਾਦ ਕਰਦੇ ਆ ਇਹ ਅਸਲੀ ਤੁਹਾਡਾ ਪ੍ਰੋਫਿਟ ਹੁੰਦਾ। ਬਿਲਕੁਲ, ਇੱਥੇ ਦਲਜੀਤ ਜੀ ਜੇ ਇਹਦੀ ਗੱਲ ਕਰਾਂ, ਕੁੰਵਰ ਵਿਜੈ ਪ੍ਰਤਾਪ ਹੁਣਾਂ ਦੀ ਗੱਲ ਕਰਾਂ, ਤਾਂ ਉਹਨਾਂ ਨੇ ਇੱਕ ਦੋਸ਼ HS ਫੂਲਕਾ ਸਾਹਿਬ 'ਤੇ ਵੀ ਲਾਇਆ। ਉਹ ਕਹਿੰਦੇ ਕਿ ਫੂਲਕਾ ਸਾਹਿਬ ਦਾਅਵੇ ਕਰਦੇ ਆ ਕਿ ਮੈਂ ਇੱਦਾਂ ਦੇ ਕੇਸ ਜਿਹੜੇ ਆ ਮੁਫਤ ਲੜਦਾ ਹਾਂ, ਮੈਂ ਕੋਈ ਪੈਸਾ ਨਹੀਂ ਲੈਂਦਾ ਅਤੇ ਮੈਂ ਹਮੇਸ਼ਾ ਹਾਜ਼ਰ ਰਹਿੰਦਾ। ਪਰ ਉਹ ਕਹਿੰਦੇ ਕਿ ਮੈਂ ਇਹਨਾਂ ਨੂੰ ਫੋਨ ਕੀਤਾ, ਉਹਨਾਂ ਨੂੰ ਮਿਲਿਆ, ਪਰ ਉਹਨਾਂ ਦਾ ਅੱਗਿਓਂ ਜਵਾਬ ਇਹ ਸੀ ਕਿ ਮੈਂ ਸੁਪਰੀਮ ਕੋਰਟ ਤੋਂ ਥੱਲੇ ਨਹੀਂ ਲੜਦਾ। ਅਤੇ ਉਹਨਾਂ ਨੇ ਆਪਣੇ ਅਸਤੀਫੇ ਦਾ ਨੰਬਰ 1 ਜ਼ਿੰਮੇਵਾਰ ਇਹਨਾਂ ਨੂੰ ਠਹਿਰਾਇਆ, ਕਿੱਦਾਂ ਦੇਖਦੇ ਹੋ? ਨੰਬਰ 1 ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਮੇਰਾ ਦਿਲ ਤੋੜ ਦਿੱਤਾ ਜੀ। ਇਹ ਬਹੁਤ ਵੱਡੀ ਇੱਕ ਗੱਲ ਆ ਕਿ ਮੇਰਾ ਫੂਲਕਾ ਸਾਹਿਬ ਨੇ ਦਿਲ ਤੋੜਿਆ ਜੀ। ਇਹਦੇ ਵਿੱਚ ਵੀ ਪਰਸਨਲ ਹੋ ਸਕਦਾ, ਪਰ ਫੂਲਕਾ ਸਾਹਿਬ ਦੀ ਜਿੱਥੇ ਤੱਕ ਮੈਂ ਬੜੀ ਇੱਜ਼ਤ ਕਰਦਾ, ਤੁਸੀਂ ਵੀ ਕਰਦੇ ਹੋ, ਸਾਰੇ ਜਿੰਨੇ ਪੰਜਾਬੀ ਕਰਦੇ ਹੋ, ਖਾਸ ਤੌਰ 'ਤੇ 1984 ਦੀ ਅਸੀਂ ਗੱਲ ਕਰੀਏ, ਬਹੁਤ ਵੱਡੀ ਭੂਮਿਕਾ ਉਹਨਾਂ ਨੇ ਨਿਭਾਈ ਆ ਜੀ। ਇੱਕ ਬਹੁਤ ਲੰਬੀ ਲੜਾਈ ਲੜੀ ਆ ਜੀ, ਖਾਸ ਤੌਰ 'ਤੇ ਵੱਡੇ ਜਿਹੜੇ ਮਗਰਮੱਛ ਸੀ, ਚਾਹੇ ਉਹ ਟਾਈਟਨਰ ਹੋਵੇ, ਸੱਜਣ ਕੁਮਾਰ ਹੋਵੇ, ਬਿਲਕੁਲ ਉਹਨਾਂ ਦੇ ਖਿਲਾਫ, ਭਗਤ ਹੋਵੇ ਜੀ, ਇਹਨਾਂ ਸਾਰਿਆਂ ਦੇ ਖਿਲਾਫ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ। ਉਹ ਤੋਂ ਬਾਅਦ 2014 ਦੇ ਵਿੱਚ ਉਹ ਲੋਕ ਸਭਾ ਦੇ ਵਿੱਚ ਲੁਧਿਆਣੇ ਤੋਂ ਖੜ੍ਹੇ ਹੋਏ ਜੀ, ਪਰ ਉਹ ਹਾਰ ਗਏ ਸੀ। ਉਸ ਵੇਲੇ ਵੀ ਲੋਕਾਂ ਦੀਆਂ ਬੜੀਆਂ ਟਿੱਪਣੀਆਂ ਆਈਆਂ ਸੀ ਕਿ ਦੇਖੋ ਲੋਕ ਜਿਹੜੇ ਆ ਵਿਕ ਜਾਂਦੇ ਆ, ਇਹਨਾਂ ਨੂੰ ਵੋਟਾਂ ਨਹੀਂ ਪਾਈਆਂ, ਵਗੈਰਾ ਵਗੈਰਾ ਜੀ। ਕਿਉਂਕਿ ਆਪ ਵੀ ਸਫ਼ਰ ਇਹਨਾਂ ਨੇ ਕੀਤਾ, ਆਪ ਵੀ ਉਸ ਵੇਲੇ ਦਿੱਲੀ ਸੀ, ਲੋਕੇ ਆਪਣੀ ਜਾਨ, ਆਪਣੇ ਪਰਿਵਾਰ ਦੀ ਜਾਨ ਇਹਨਾਂ ਨੇ ਬਚਾਈ ਆ, ਬਿਲਕੁਲ ਰੋਇਲ ਫੈਮਿਲੀ ਦੇ ਨਾਲ ਬਿਲੋਂਗ ਕਰਦੇ ਆ ਜੀ। ਹੁਣ ਫਿਰ ਦਾਖਾ ਮੁੱਲਾਪੁਰ ਦਾਖਾਂ ਵਾਲਿਆਂ ਨੇ ਇਹਨਾਂ ਨੂੰ ਮੌਕਾ ਦਿੱਤਾ ਜੀ, 2017 ਦੇ ਵਿੱਚ MLA ਬਣਾਇਆ, ਫਿਰ ਪਾਰਟੀ ਨੇ ਇਹਨਾਂ ਨੂੰ ਵਿਰੋਧੀ ਧਿਰ ਦਾ ਨੇਤਾ ਵੀ ਚੁਣ ਲਿਆ, ਬਹੁਤ ਵਧੀਆ ਲੋਕਾਂ ਦੇ ਵਿੱਚ ਸਤਿਕਾਰ ਹੋਰ ਜ਼ਿਆਦਾ ਵਧਿਆ। ਪਰ ਉਹੀ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਜਿਹੜਾ ਇੱਕ ਬੜਾ ਵੱਡਾ ਸੈਸ਼ਨ ਚੱਲਿਆ, ਉਹ ਤੋਂ ਬਾਅਦ ਇਹਨਾਂ ਨੇ ਕਿਹਾ, ਉਸੇ ਵੇਲੇ ਫੂਲਕਾ ਸਾਹਿਬ ਨੇ ਕਹਿ ਦਿੱਤਾ ਸੀ ਕਿ ਇਹਦਾ ਕੁਛ ਨਹੀਂ ਨਿਸ਼ਕਰਸ਼ ਨਿਕਲਣਾ, ਆ ਲਓ ਜੀ ਮੈਂ ਅਸਤੀਫਾ ਦੇਣ ਲੱਗਾ ਜੀ। ਪਰ ਜੇ ਉਹਨਾਂ ਨੇ ਇਹ ਉਦੋਂ ਕਿਹਾ ਸੀ ਕਿ ਦੇਖੋ ਜੀ 1984 ਦੇ ਜਿਹੜੇ ਕੇਸ ਆ ਉਹਦੇ ਕਰਕੇ ਮੈਂ ਬਿਜ਼ੀ ਹਾਂ ਦਿੱਲੀ ਦੇ ਵਿੱਚ ਜੀ, ਅਤੇ ਉਹਦੇ ਕਰਕੇ ਮੈਂ ਅਸਤੀਫਾ ਦੇਣ ਲੱਗਾ। ਹੁਣ ਜੇ ਦੂਜਾ ਪਾਸਾ ਦੇਖੀਏ ਕਿ ਸਾਡੇ ਜਿਹੜੇ MLA MP ਆ ਕਿੰਨਾ ਕੁ ਕੰਮ ਕਰ ਰਹੇ ਆ, ਤੁਸੀਂ ਆਪ ਦੇਖੋ, ਮੁੱਲਾਪੁਰ ਨੂੰ ਤਾਂ ਅੱਜ ਉਹਨਾਂ ਤੋਂ ਬਾਅਦ ਕੋਈ MLA ਨਹੀਂ ਮਿਲਿਆ, ਬਿਲਕੁਲ ਇੰਨਾ ਚਿਰ ਹੋ ਗਿਆ ਅਸਤੀਫਾ ਸਵੀਕਾਰ ਹੋਏ ਨੂੰ, ਉਹ ਤੋਂ ਬਾਅਦ ਵੀ ਤਾਂ ਵੈਸੇ ਮੁੱਲਾਪੁਰ ਦੇ ਜਿਹੜੇ ਲੋਕ ਨੇ ਉਹ ਆਪਣੇ MLA ਤੋਂ ਬਿਨਾਂ ਅਨਾਥੇ ਨੇ, ਬਿਲਕੁਲ ਜੇ ਤੁਸੀਂ ਨਾ ਵੀ ਅਸਤੀਫਾ ਦਿੰਦੇ ਤਾਂ ਕਿਹੜਾ ਜਿਹੜਾ ਆ, ਉਸ ਵੇਲੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਫਿਰ ਵੀ ਕੀ ਗਲਤ ਹੋ ਜਾਣਾ ਸੀ, ਉੱਦਾਂ ਵੈਸੇ ਵੀ ਇੱਥੇ ਹੈਗਾ ਕੋਈ ਸਮੱਸਿਆ ਹੈਗੀ, ਕੋਈ ਆਪਣਾ ਕੋਈ ਰੈਪ੍ਰੈਜੈਂਟੇਟਿਵ ਤੁਸੀਂ ਉੱਥੇ ਰੱਖ ਸਕਦੇ ਆ ਜਿਹੜਾ ਕਿ ਕੰਮ ਸੋਲਵ ਜਿਹੜਾ ਕਰਦਾ ਰਹੇ, ਅਸਤੀਫਾ ਦੇਣ ਦੀ ਕੀ ਜ਼ਰੂਰਤ ਜੀ। ਉਹਦੇ ਪਿੱਛੇ ਵੀ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਉਠਾਏ ਜੀ। ਫਿਰ ਬਾਅਦ ਦੇ ਵਿੱਚ ਉਦੋਂ ਬਾਅਦ ਵਿੱਚ ਫਿਰ ਇੱਕ ਸੈਸ਼ਨ ਦੇ ਵਿੱਚ ਉਪਸਥਿਤ ਤੇ ਹੋ ਗਏ ਚੰਡੀਗੜ੍ਹ ਦੇ ਵਿੱਚ, ਕੁਛ ਕੁ ਸਵਾਲ ਇੱਦਾਂ ਦੇ ਸੀਗੇ। ਪਰ ਜਿਹੜੀ ਉਹਨਾਂ ਨੇ ਗੱਲ ਕਹੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਮੈਂ ਕੇਸ ਲੜਦਾ, ਇਹ ਇੱਕ ਈਗੋ ਆ ਜੀ। ਜਿਹੜਾ ਵਕੀਲ ਹੱਕਾਂ ਦੇ ਲਈ ਲੜਾਈ ਲੜਦਾ, ਉਹ ਚਾਹੇ ਤਹਿਸੀਲ ਦੀ ਕੋਰਟ ਏ ਹੋਵੇ, ਚਾਹੇ ਇੱਕ ਨੋਰਮਲ ਕੋਰਟ ਵੀ ਹੋਵੇ, ਬਿਲਕੁਲ ਉਹਦੇ ਵਿੱਚ ਵੀ ਆਏਗਾ ਉਹਦੇ ਲਈ ਕੋਈ ਇਹ ਮੈਟਰ ਨਹੀਂ ਕਰਦਾ ਕਿ ਕੇਸ, ਉਹਦਾ ਇੱਕ ਹੀ ਮਤਲਬ ਹੁੰਦਾ ਕਿ ਮੈਂ ਉਹਨਾਂ ਲੋਕਾਂ ਨੂੰ ਹੱਕ ਦਿਵਾਉਣਾ ਜਿਨ੍ਹਾਂ ਦੇ ਨਾਲ ਨਿਆਂ ਨਹੀਂ ਹੋ ਰਿਹਾ ਜੀ। ਇਹ ਜ਼ਰੂਰ ਸਾਡਾ ਵੀ ਦਿਲ ਜ਼ਰੂਰ ਟੁੱਟਾ ਆ ਫੂਲਕਾ ਸਾਹਿਬ ਤੋਂ, ਅਤੇ ਫੂਲਕਾ ਸਾਹਿਬ ਦਾ ਰਿਪਲਾਈ ਵੀ ਮੈਂ ਸੁਣਿਆ, ਉਹਨਾਂ ਨੇ ਕਿਹਾ ਕਿ ਦੇਖੋ ਕੋਈ ਵੀ ਲੜੇ ਕੇਸ, ਅਸਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਇਸ ਕਰਕੇ ਨਾ ਕੀਤੀ ਸੀ ਕਿਉਂਕਿ ਬਈ ਉਹ ਜਿਹੜੇ ਹਾਈ ਕੋਰਟ ਦੇ ਇੱਥੇ ਦੇ ਜੱਜ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਜਾਂ ਉੱਥੇ ਦੇ ਜਿਹੜੇ ਜਿੰਨੀ ਵੀ ਲੌਬੀ ਆ, ਉਹ ਸਾਰੇ ਮੈਨੂੰ ਇੱਕ ਰਾਜਨੀਤਿਕ ਤੌਰ ਦੇ ਉੱਤੇ ਜਾਣਦੇ ਆ ਜੀ। ਪਰ ਇਹਦਾ ਸਵਾਲ ਇੱਕ ਉਲਟਾ ਕੁਐਸਚਨ ਵੀ ਆ ਕਿ ਤੁਹਾਨੂੰ ਸੁਪਰੀਮ ਕੋਰਟ ਦੇ ਜੱਜ ਨਹੀਂ ਜਾਣਦੇ, ਕੀ ਤੁਹਾਨੂੰ ਉੱਥੇ ਦੇ ਵਕੀਲ ਨਹੀਂ ਜਾਣਦੇ ਕਿ ਤੁਸੀਂ ਰਾਜਨੀਤਿਕ ਆ ਜੀ? ਇੰਡੀਆ ਦਾ ਕਿਹੜਾ ਬੰਦਾ ਆ ਜਿਹੜਾ ਫੂਲਕਾ ਸਾਹਿਬ ਨੂੰ ਨਹੀਂ ਜਾਣਦਾ ਕਿ ਇਹ MLA ਜਾਂ MP ਨਹੀਂ? ਬਿਲਕੁਲ ਇੱਕ ਵੀ ਬੰਦਾ ਦੱਸੋ ਜੀ ਕਿ ਫੂਲਕਾ ਸਾਹਿਬ ਨੂੰ ਉਹ ਜਾਣਦਾ ਨਹੀਂ। ਇਸ ਕਰਕੇ ਇਹ ਜਿਹੜਾ ਸਵਾਲ ਦਿੱਤਾ ਕਿ ਨਾਲ ਉਹਨਾਂ ਨੇ ਕਿਹਾ ਦੇਖੋ ਅਸੀਂ ਬੈਸਣਾ ਨਹੀਂ ਚਾਹੁੰਦੇ, ਉਹ ਤੋਂ ਲੱਗਦਾ ਆ ਕਿ ਵਿਜੇ ਕੁਮਾਰ ਪ੍ਰਤਾਪ ਸਿੰਘ ਜੋ ਇਲਜ਼ਾਮ ਲਾ ਰਹੇ ਆ ਕਿਸੇ ਹੱਦ ਤੱਕ
ਪਰ ਫੂਲਕਾ ਸਾਹਿਬ ਨੂੰ ਵੀ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਬਹੁਤ ਵੱਡੀ ਸਾਡੀ ਕਮਾਈ ਆ। ਬਿਲਕੁਲ 1984 ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਵੱਡਾ ਸਤਿਕਾਰ ਆ ਜੀ। ਜੇ ਤੁਸੀਂ ਅੱਜ ਵੀ ਕੁਛ ਇਦਾਂ ਦਾ ਇਲਜ਼ਾਮ ਲੈਂਦੇ ਆ ਉਹ ਪਿਛਲੀ ਕਮਾਈ ਵੀ ਉਹ ਫਿਰ ਕੁਐਸਚਨ 'ਤੇ ਆ ਜਾਂਦੀ ਹੈ, ਕਿਉਂਕਿ ਇਹਨਾਂ 'ਤੇ ਅਕਾਲੀ ਦਲ ਪਹਿਲਾਂ ਹੀ ਦੋਸ਼ ਲਾਉਂਦਾ ਰਿਹਾ। ਜਦੋਂ 2014 ਦੀਆਂ ਇਲੈਕਸ਼ਨਸ ਵੀ ਹੋਈਆਂ ਲੋਕ ਸਭਾ ਦੀਆਂ, ਅਕਾਲੀ ਦਲ ਸਿੱਧਾ ਹੀ ਕਹਿੰਦਾ ਰਿਹਾ ਕਿ ਇਹਨਾਂ ਨੇ ਕਿਸੇ ਨੂੰ ਸਜ਼ਾ ਹੀ ਨਹੀਂ ਦਵਾਈ ਜੀ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਹ ਕਹਿੰਦੇ ਅਸੀਂ ਮੁਫ਼ਤ ਕੇਸ ਲੜੇ ਆ, ਸ਼੍ਰੋਮਣੀ ਕਮੇਟੀ ਵੱਲੋਂ ਪੈਸੇ ਹੀ ਜਾਂਦੇ ਰਹੇ, ਇਹ ਦੋਸ਼ ਲੱਗੇ ਸੀ, ਭਾਵੇਂ ਇਹਨਾਂ ਨੇ ਇਗਨੋਰ ਕੀਤਾ ਜੀ। ਫਿਰ ਜਦੋਂ ਇੱਦਾਂ ਦੀਆਂ ਗੱਲਾਂ ਨਿਕਲਣੀਆਂ ਆ ਫਿਰ ਉਹ ਦੂਰ ਤੱਕ ਗੱਲਾਂ ਜਾਣੀਆਂ ਜੀ। ਪਰ ਫਿਰ ਵੀ ਅਸੀਂ ਉਮੀਦ ਜ਼ਰੂਰ ਰੱਖਦੇ ਹਾਂ ਕਿ ਜਿਹੜੇ ਨਿਆਂ ਦੇਖਣ ਵਾਲੇ ਲੋਕ ਆ ਉਹਨਾਂ ਦਾ ਹੌਸਲਾ ਨਾ ਟੁੱਟੇ ਜੀ। ਇਸ ਤੋਂ ਬਾਅਦ ਲੋਕਾਂ ਦਾ ਫਿਰ ਹਿਆ ਨਹੀਂ ਪੈਣਾ, ਕਿਸੇ ਦੇ ਉੱਤੇ ਵਿਸ਼ਵਾਸ ਨਹੀਂ ਭੱਜਣਾ, ਹਰ ਬੰਦੇ ਨੂੰ ਸ਼ੱਕ ਦੇ ਨਾਲ ਦੇਖਣ ਦਾ। ਹੁਣ ਹਰ ਇੱਕ 'ਤੇ ਆਪਾਂ ਕੁਐਸਚਨ, ਬਹੁਤ ਸਾਰੇ ਲੋਕ ਕਹਿ ਦਿੰਦੇ ਆ ਦੇਖੋ ਜੀ ਸਹੀ ਵੀ ਗੱਲ ਹੁੰਦੀ ਆ, ਥੱਲੇ ਜਿਹੜੇ ਫੇਸਬੁੱਕ ਦੇ ਉੱਤੇ ਕਮੈਂਟ ਆ ਉਹ ਬੜੇ ਨੈਗੇਟਿਵ ਆ ਜਾਂਦੇ ਆ, ਹਰ ਅਸੀਂ ਬੰਦੇ ਨੂੰ ਸਵਾਲ ਕਰਨ ਲੱਗ ਗਏ ਹਾਂ। ਇਹ ਸਵਾਲ ਕਿਹਨੇ ਕਰਨ ਲਾ ਤਾ? ਕਿਉਂਕਿ ਅਸੀਂ ਆਪਣਾ ਬਲੀਵ ਹੀ ਅਸੀਂ ਗਵਾ ਦਿੱਤਾ, ਬੰਦਾ ਛੇਤੀ ਕਿਸੇ 'ਤੇ ਵਿਸ਼ਵਾਸ ਕਰਨ ਯੋਗ ਰਿਹਾ ਹੀ ਨਹੀਂ। ਬਿਲਕੁਲ, ਅਸੀਂ ਇੱਦਾਂ ਦਾ ਸਮਾਜ ਹੀ ਆਪਣਾ ਇੱਦਾਂ ਦਾ ਸਿਰਜ ਲਿਆ, ਜਿਹੜੇ ਉੱਤੇ ਵੀ ਅਸੀਂ ਵਿਸ਼ਵਾਸ ਕਰਦੇ ਹਾਂ ਉਹ ਬਾਅਦ ਦੇ ਵਿੱਚ ਸਾਡਾ ਲੱਕ ਤੋੜ ਜਾਂਦਾ। ਅੱਜ ਅਸੀਂ ਵਿਜੇ ਪ੍ਰਤਾਪ ਸਿੰਘ ਦੀ ਵੀ ਗੱਲ ਕਰ ਲਈਏ ਕਿ ਅੱਜ ਤਾਂ ਸਾਡੇ ਲਈ ਉਹ ਹੀਰੋ ਆ, ਪਰ ਰੱਬ ਨਾ ਕਰੇ ਕੱਲ ਨੂੰ ਕੁਛ ਨਾ ਕੁਛ ਇੱਦਾਂ ਦਾ ਹੋ ਗਿਆ ਉਹ ਸਾਡੇ ਲਈ ਵਿਲਨ ਬਣ ਜਾਣਾ। ਇਸ ਕਰਕੇ ਅਸੀਂ ਆਪ ਹੀ ਆਪਣੇ ਹੀਰੋ ਬਣਾ ਕੇ ਫਿਰ ਉਹ ਇੱਦਾਂ ਦਾ ਕੰਮ ਕਰ ਜਾਂਦੇ ਆ, ਕਿਉਂਕਿ ਹੈ ਤਾਂ ਇਨਸਾਨ ਹੀ ਆ, ਕੁਛ ਨਾ ਕੁਛ ਇੱਦਾਂ ਦੀ ਗਲਤੀ ਹੋ ਜਾਂਦੀ ਆ ਕਿ ਇੱਕ ਨਾ ਇੱਕ ਦਿਨ ਉਹ ਵਿਲਨ ਬਣ ਜਾਂਦੇ ਆ ਜੀ। ਬਿਲਕੁਲ ਦਿਲਜੀਤ ਜੀ, ਜਦੋਂ ਪੰਜਾਬ ਵਰਗੀ ਧਰਤੀ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਵੀ ਕੁਛ ਹੋਇਆ ਉਹਦੇ ਵਿੱਚ ਵੀ ਇੱਦਾਂ ਦਾ ਉਹਦੇ ਉੱਤੇ ਰਾਜਨੀਤੀ ਕੀਤੀ ਜਾਣੀ ਜਾਂ ਸਾਲਾਂ ਦੇ ਵਿੱਚ ਉਹ ਕੇਸ ਲਮਕਾ ਦੇਣਾ, ਉਹ ਮੇਰੇ ਖਿਆਲ ਬਹੁਤ ਆਪਣੇ ਆਪ ਦੇ ਵਿੱਚ ਮੰਦਭਾਗਾ। ਅਤੇ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਇਹ ਕਿਹਾ ਹੈ ਕਿ ਇਹ ਮੇਰਾ ਦਾਅਵਾ ਕਿ ਇਹ ਕੇਸ ਕਿਸੇ ਤਨ ਪਤਨ ਨਹੀਂ ਲੱਗਣਾ, ਇਹ ਜਿੱਦਾਂ ਚੰਡੀਗੜ੍ਹ ਦਾ ਰੌਲਾ ਜਾਂ ਜਿੱਦਾਂ ਪਾਣੀਆਂ ਦਾ ਰੌਲਾ, ਜਿੱਦਾਂ 1984 ਦਾ ਰੌਲਾ, ਉੱਦਾਂ ਇਹ ਵੀ ਇੱਕ ਚੁਣਾਵੀ ਜਿਹੜਾ ਰੌਲਾ ਬਣ ਕੇ ਰਹਿ ਜਾਣਾ ਜਦੋਂ ਵੀ ਕੋਈ ਸਰਕਾਰ ਆਇਆ ਕਰੂਗੀ ਇਹਦੇ 'ਤੇ ਗੱਲ ਕਰਕੇ ਕਿ ਮੈਂ ਅਸੀਂ ਇਨਸਾਫ ਦਵਾਵਾਂਗੇ ਤੁਹਾਨੂੰ, ਬਸ ਉਹ ਮੇਰੇ ਖਿਆਲ ਉਹੀ ਇੱਕ ਮੁੱਦਾ ਬਣ ਕੇ ਰਹਿ ਜਾਣਾ। ਅਤੇ ਜਿਹੜੇ ਸਾਡੇ ਰਾਜਨੇਤਾ ਆ ਉਹ ਇੱਦਾਂ ਦੇ ਮੁੱਦਿਆਂ 'ਤੇ ਰਾਜਨੀਤੀ ਕਰਦੇ ਆ ਅਤੇ ਕਰਦੇ ਰਹਿਣਾ। ਸੋ ਆਉਣ ਵਾਲੇ ਦਿਨਾਂ 'ਚ ਮੇਰੇ ਖਿਆਲ ਪਤਾ ਲੱਗ ਜੂਗਾ ਕਿ ਇਹਦੇ ਵਿੱਚ ਅੱਗੇ ਕੀ ਹੁੰਦਾ। ਦਲਜੀਤ ਜੀ, ਇਹ ਤੋਂ ਅੱਗੇ ਮੈਂ ਕਰੋਨਾ ਦੀ ਗੱਲ ਕਰਨੀ ਚਾਹੂੰਗਾ। ਕਰੋਨਾ ਦਾ ਜਿੱਦਾਂ ਤਾਂ ਆਪਾਂ ਗੱਲ ਕੀਤੀ ਕਿ ਇਸ ਵੇਲੇ ਫਿਰ ਅਖਬਾਰਾਂ ਦੀਆਂ ਜਿਹੜੇ ਸਫ਼ੇ ਉਹ ਕਰੋਨਾ ਦੀਆਂ ਖਬਰਾਂ ਨਾਲ ਭਰ ਗਏ, ਕਿਉਂਕਿ ਕਰੋਨਾ ਦਾ ਦੂਜਾ ਜਿਹੜੀ ਦੂਜੀ ਲਹਿਰ ਆ ਉਹ ਇੱਕ ਵਾਰ ਫਿਰ ਤੋਂ ਪੂਰੇ ਕਹਿਰ 'ਤੇ ਰੋਜ਼ ਦਾ 2 ਲੱਖ 2.5 ਲੱਖ 2.75 ਲੱਖ ਤੱਕ ਕੇਸ ਜਿਹੜਾ ਭਾਰਤ ਦੇ ਵਿੱਚ ਆਉਣ ਲੱਗ ਪਿਆ, ਕਿੱਦਾਂ ਦੇਖਦੇ ਹੋ? ਦੇਖੋ ਜੇ ਅਸੀਂ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇਖੀਏ ਜੀ, ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਕਹਿੰਦੇ ਰਹੇ ਹਾਂ ਕਿ ਭਾਰਤ ਦੇ ਲੋਕਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਡੀਲ ਕੀਤਾ ਜੀ। ਭਾਰਤ ਸਰਕਾਰ ਦੇ ਨਾਲ ਸਾਡੀਆਂ ਆਪਸੀ ਕੁਛ ਮਤਭੇਦ ਹੋ ਸਕਦੇ ਆ ਜੀ, ਪਰ ਜਿਸ ਤਰੀਕੇ ਦੇ ਨਾਲ ਨਿਜਾਤ ਪਾਈ ਅਸੀਂ ਮਿਸਾਲ ਦੇਣ ਲੱਗ ਗਏ ਜੀ। ਈਵਨ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਸਾਡੇ ਦੋਸਤ ਮਿਲੇ, ਇੱਥੇ ਔਜ਼ੀ ਜਿਹੜੇ ਇੱਥੇ ਦੇ ਜੰਪਲ ਨੇ, ਉਹਨਾਂ ਨੇ ਵੀ ਸਾਨੂੰ ਇਸ ਗੱਲ ਦੀ ਵਧਾਈ ਦਿੱਤੀ ਵੀ ਤੁਸਾਂ ਨੇ ਬਹੁਤ ਐਡੀ ਵੱਡੀ ਆਬਾਦੀ, ਐਡੇ ਘੱਟ ਰਿਸੋਰਸਿਸ ਹੋਣ ਦੇ ਬਾਵਜੂਦ ਤੁਸਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ। ਪਰ ਉਹ ਫਿਰ ਗੱਲ ਹੋਈ ਕਿ ਜਿਹੜੀ ਇਹ ਸੈਕਿੰਡ ਵੇਵ ਆਈ ਆ ਜੀ, ਇਹਨੇ ਤਾਂ ਪਿਛਲੀ ਨੂੰ ਵੀ ਮਾਰ ਪਾ ਦਿੱਤੀ। ਕੱਲ੍ਹ 2000 ਮੌਤਾਂ ਹੋਈਆਂ ਅਤੇ 2300 ਦੇ ਕਰੀਬ, ਅਤੇ ਇਹ ਪਹਿਲੀ ਵਾਰ ਹੋਇਆ ਵੀ 2000 ਤੋਂ ਜ਼ਿਆਦਾ ਮੌਤਾਂ ਇੱਕੋ ਦਿਨ ਦੇ ਵਿੱਚ ਹੋ ਗਈਆਂ। ਬਿਲਕੁਲ, ਜਿਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਵੱਧ ਰਹੇ ਆ, ਇਹ ਤਾਂ ਤੁਸੀਂ ਦੇਖੋ ਕਿ ਟੈਸਟਿੰਗ ਨਹੀਂ ਹੋ ਰਹੀ ਜੀ। ਹੁਣ ਟੈਸਟਿੰਗ ਦੇ ਵਿੱਚ ਤੁਸੀਂ ਦੇਖੋ ਕਿ ਜਿੰਨੇ ਪੰਜਾਬ ਦੇ ਟੈਸਟ ਹੋਏ ਆ ਉਹਦੀ ਰੇਸ਼ੋ 10 ਜਾਣੀ 100 ਦੇ ਵਿੱਚੋਂ 10 ਬੰਦੇ ਪੋਜ਼ਿਟਿਵ ਆ ਰਹੇ ਆ। ਬਿਲਕੁਲ, ਜਿੰਨੇ ਵੀ ਟੈਸਟਿੰਗ ਹੋ ਰਹੀ ਆ, ਇਹਦਾ ਮਤਲਬ ਇਹ ਆ ਕਿ ਹਰ 10ਵਾਂ ਬੰਦਾ ਉੱਥੇ ਕਰੋਨਾ ਪੋਜ਼ਿਟਿਵ ਹੈ। ਬਿਲਕੁਲ, ਉਹ ਬਹੁਤ ਸਾਰੇ ਲੋਕ ਆ ਉਹ ਕਰਾਉਂਦੇ ਹੀ ਨਹੀਂ ਜੀ, ਬਹੁਤ ਸਾਰੇ ਲੋਕ ਕਿਸੇ ਨੂੰ ਦੱਸਦੇ ਹੀ ਨਹੀਂ ਜੀ, ਜਾਂ ਲੋਕਲ। ਈਵਨ ਕਿ ਅੱਜ ਮੇਰੀ ਇੱਕ ਦੋਸਤ ਦੇ ਨਾਲ ਗੱਲਬਾਤ ਹੋ ਰਹੀ ਸੀ, ਉਹ ਵੀ ਰਿਪੋਰਟਰ ਹੈਗੇ ਨੇ, ਉਹ ਕਹਿੰਦੇ ਵੀ ਮੈਂ ਅੱਜ ਤੱਕ ਇਹ ਗੱਲ ਕਹਿੰਦਾ ਰਿਹਾ ਕਿ ਕਰੋਨਾ ਇੱਕ ਸਿਰਫ ਅਫਵਾਹ ਆ ਜੀ, ਇਹ ਸਰਕਾਰਾਂ ਦੀ ਚਲਾਈ ਹੋਈ ਇੱਕ ਸਾਜਿਸ਼ ਆ ਜੀ। ਉਹ ਕਹਿੰਦੇ ਵੀ ਮੈਂ 1 ਸਾਲ ਇਸ ਗੱਲ ਦਾ ਪ੍ਰਚਾਰ ਕੀਤਾ ਜੀ। ਅੱਜ ਮੇਰੀ ਉਹਨਾਂ ਦੇ ਨਾਲ ਗੱਲ ਹੋਈ, ਕਿਉਂਕਿ ਉਹ ਆਪ ਵੀ ਹੁਣ ਕਰੋਨਾ ਪੋਜ਼ਿਟਿਵ ਹੋ ਗਏ ਸੀ ਜੀ। ਮੈਂ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਪਤਾ ਲੱਗਾ ਕਿ ਤੁਸੀਂ ਵੀ ਕਰੋਨਾ ਪੋਜ਼ਿਟਿਵ ਹੋ ਗਏ ਸੀ ਜੀ, ਵੀ ਆਪਣਾ ਐਕਸਪੀਰੀਅੰਸ ਦੱਸੋ ਹੁਣ ਜੀ, ਵੀ ਤੁਸੀਂ ਕਹਿ ਰਹੇ ਸੀ ਵੀ ਅਫਵਾਹ ਆ। ਅਤੇ ਉਹਨਾਂ ਦੇ ਮੂੰਹੋਂ ਜੋ ਗੱਲਾਂ ਉਹਨਾਂ ਨੇ ਕਹੀਆਂ ਕਿ ਨਹੀਂ ਇਹ ਅਫਵਾਹ ਨਹੀਂ ਜੀ, ਇਹ ਬਹੁਤ ਘਟੀਆ ਬਿਮਾਰੀ ਆ ਜੀ, ਤੁਹਾਡਾ ਖਾਣ ਨੂੰ ਕੁਛ ਨਹੀਂ ਦਿਲ ਕਰਦਾ, ਬਿਲਕੁਲ ਤੁਹਾਡਾ ਟੇਸਟ ਹੀ ਬਦਲ ਕੇ ਰੱਖ ਦਿੰਦਾ ਜੀ, ਬੁਖਾਰ ਬਹੁਤ ਜ਼ਿਆਦਾ ਚੜ੍ਹਦਾ ਜੀ। ਉਹਨਾਂ ਨੇ ਆਪ ਦੱਸਿਆ ਕਿ ਤੋਂ ਜਿੰਨਾ ਬਚ ਸਕਦੇ ਹੋ ਬਚੋ ਜੀ। ਪਰ ਲੋਕਾਂ ਨੂੰ ਇਹ ਗੱਲ ਜ਼ਰੂਰ ਸਿੱਖਣੀ ਚਾਹੀਦੀ ਆ ਕਿ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਕਿਸੇ ਦੇ ਤਜਰਬੇ ਤੋਂ ਸਿੱਖ ਲੈਣੀਆਂ ਚਾਹੀਦੀਆਂ ਜੀ, ਸਾਨੂੰ ਆਪ ਨਹੀਂ ਤਜਰਬਾ ਕਰਨਾ ਚਾਹੀਦਾ। ਉਹ ਜਦੋਂ ਕੋਈ ਸਾਨੂੰ ਦੱਸਦਾ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤਜਰਬੇ ਤੋਂ ਅੱਗੇ ਅੱਗੇ ਚੱਲਦੀਆਂ,
जी जे थानू कोई बंदा ये कह रहा है भी ये बहुत माड़ी बीमारी है वो आप ना फिर लैके भी आप ना तजर्बा कि कल थानू होवे तो फिर थानू पता लगे जी पहले ही ये सिक्ख्या जरूर ग्रहण कर लो। उन्होंने भी कहा भी मैं इस चीज़ को बड़ा लाइटली लेंदा रहा पर जदों मैनू होया पर मैनू जिहड़े वो दसदे आ भी 15 दिन मैं जिन्नी मुश्किल दे नाल कट्टे आ जी भी कई बार मैनू इदां लगा कि मेरा बहुत औखा टाइम हो गया जी पर दूजे पासे लोकां दी तरजीह अज भी इस चीज़ के वल नहीं जी लोकी अज भी प्रकॉशनस नहीं रखते जी लोकी मास्क नहीं पाते जी पर लोकी भी कई कारण जिन्हां ने साडे अगे मिसाल पैदा करनी है जी जिन्नियां रैलीज तुसी रख लो जी तमिलनाडु दे विच होईयां जी अपने पछमी बंगाल दे विच केरल दी तुसी गल कर लो असाम दी गल कर लो ये जिन्ने साडे लीडर आ नरेंद्र मोदी का कल मैनू भाषण मैं देख रहा सी कि मैनू नाल नाल हासा आ रहा सी वो कहिंदे कि तुहाडे ते जिम्मेवारी आ बिल्कुल मैं उधर ही आउण लगा दलजीत जी कि आपां लोकां दी गल करदे आ कि लोकां नूं तां चलो भुलेखा हो सकदा लोकां कोल तां कोई जे पिंडां 'च रहिंदे आ उहनां कोल अखबार ना पहुँचदी हो जां उहनां कोल सोशल मीडिया का माध्यम ना हो जां होर भी बहुत सारे कारण हो सकदे कि उह भुलेखे 'च होण बहुत सारे लोकी पढ़े लिखे भुलेखे सीगे शायद ये अफवाह आ जां इदां दा कुछ ही पर जिहड़े साडे सरकार जिहड़ी ਸਾਡੀ ਸਰਕਾਰ ਆ ਜਾਂ ਸਾਡੇ ਰਾਜਨੇਤਾ ਆ ਜਾਂ ਸਾਡੇ ਬਿਊਰੋਕਰੇਸੀ ਆ ਉਹਨੂੰ ਤਾਂ ਮੇਰੇ ਖਿਆਲ ਭੁਲੇਖਾ ਨਹੀਂ ਸੀ ਜਦੋਂ ਪਿਛਲੇ ਸਾਲ ਇਹ ਵੇ ਭਾਈ ਮੋਦੀ ਸਾਹਿਬ ਹੁਣਾਂ ਨੇ ਕਿਹਾ ਦੀਵੇ ਜਗਾਓ ਅਸੀਂ ਦੀਵੇ ਜਗਾਏ ਉਹਨਾਂ ਨੇ ਕਿਹਾ ਭਾਂਡੇ ਖੜਕਾਓ ਅਸੀਂ ਭਾਂਡੇ ਖੜਕਾਏ ਪਰ ਉਦੋਂ ਉਹਨਾਂ ਨੂੰ ਪਤਾ ਸੀ ਕਿ ਕਰੋਨਾ ਵਾਇਰਸ ਨਾਂ ਦੀ ਬਿਮਾਰੀ ਹੈਗੀ ਆ ਉਹ ਜਦੋਂ ਪਿਛਲੇ ਸਾਲ ਤੋਂ ਬਾਅਦ ਲੋਕਡਾਊਨ ਲੱਗਿਆ ਜਾਂ ਹੌਲੀ ਹੌਲੀ ਖਤਮ ਹੋਇਆ ਉਹ ਤੋਂ ਬਾਅਦ ਫਿਰ ਸਾਡੇ ਜਿਹੜੇ ਰਾਜਨੇਤਾ ਆ ਉਹ ਸਿਰਹਾਣੇ ਥੱਲੇ ਬਾਹਰ ਰੱਖ ਕੇ ਜਿਹੜੇ ਕਹਿੰਦੇ ਹੁੰਦੇ ਕਿ ਗੂੜੀ ਨੀਂਦ ਸੌਂ ਗਏ ਉਹਨਾਂ ਨੂੰ ਇਹ ਜੇ ਆਪਾਂ ਪਿਛਲੇ ਸਾਲ ਦੀ ਅਤੇ ਇਸ ਸਾਲ ਦੇ ਗੱਲ ਕਰੀਏ ਤਾਂ ਨਾ ਪਿਛਲੇ ਸਾਲ ਸਾਡੇ ਕੋਲ ਬੈੱਡ ਸੀ ਨਾ ਇਸ ਸਾਲ ਸਾਡੇ ਕੋਲ ਬੈੱਡ ਆ ਨਾ ਉਦੋਂ ਆਕਸੀਜਨ ਸੀ ਨਾ ਨਾ ਇਸ ਸਾਲ ਆਕਸੀਜਨ ਆ ਫਿਰ ਜਿਹੜਾ ਅਸੀਂ ਕਿਹੜੇ ਵਿਕਾਸ ਦਾ ਰੌਲਾ ਪਾਉਂਦੇ ਮੇਰਾ ਖਿਆਲ ਜਿਹੜਾ 1 ਸਾਲ 'ਚ ਵਿਕਾਸ ਹੋਇਆ ਉਹ ਮੈਨੂੰ ਲੱਗਦਾ ਸਿਰਫ ਮੋਦੀ ਸਾਹਿਬ ਦੀ ਦਾੜੀ ਦਾ ਹੋਇਆ ਹੋਰ ਤਾਂ ਮੈਨੂੰ ਕੋਈ ਵਿਕਾਸ ਦਿਸਦਾ ਨਹੀਂ ਇਹ ਗੱਲ ਤੁਹਾਡੀ ਸਹੀ ਹੋ ਸਕਦੀ ਆ ਵਿਕਾਸ ਦੀ ਜੇ ਆਪਾਂ ਗੱਲ ਕਰੀਏ ਕਿ ਜਦੋਂ ਬੰਦੇ ਨੂੰ ਆਪਣੇ ਤਜਰਬੇ ਤੋਂ ਜਿੱਦਾਂ ਮੈਂ ਪਹਿਲਾਂ ਗੱਲ ਦੱਸਦਾ ਹਟਿਆ ਕਿ ਤਜਰਬੇ ਤੋਂ ਸਿੱਖਣਾ ਚਾਹੀਦਾ ਜੀ ਪਿਛਲੇ ਸਾਲ ਦਾ ਸਾਡਾ ਤਜਰਬਾ ਇਹ ਸੀ ਕਿ ਸਾਡੇ ਕੋਲ ਨਾ ਤਾਂ ਬੈੱਡ ਆ ਬਿਲਕੁਲ ਅਤੇ ਨਾ ਸਾਡੇ ਕੋਲ ਆਕਸੀਜਨ ਜੀ ਅਸੀਂ ਉਹਦੇ ਉੱਤੇ ਗੱਲ ਹੀ ਨਹੀਂ ਕੀਤੀ ਜੀ ਅਸੀਂ ਮੰਦਰਾਂ ਵੱਲ ਨੂੰ ਹੋ ਗਏ ਜੀ ਅਸੀਂ ਹੋਰ ਚੀਜ਼ਾਂ ਦੇ ਵੱਲ ਨੂੰ ਪ੍ਰਾਇਓਰਟੀ ਦਿੱਤੀ ਜੀ ਅਸੀਂ ਹਸਪਤਾਲਾਂ 'ਤੇ ਪ੍ਰਾਇਓਰਟੀ ਨਹੀਂ ਦੇ ਪਾਏ ਜੀ ਅੱਜ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਆ ਕੋਟਾ ਦੇ ਵਿੱਚ ਇੱਕ ਹੌਸਪੀਟਲ ਆ ਉੱਥੇ ਸਪਲਾਈ ਰੁਕ ਗਈ ਬਿਲਕੁਲ ਕਿਉਂਕਿ ਆਕਸੀਜਨ ਖਤਮ ਹੋ ਗਈ ਜਿੰਨੇ ਮਰੀਜ਼ ਲੱਗੇ ਪਏ ਸੀ ਉਹਨਾਂ 'ਚੋਂ 7 ਜਾਂ 8 ਜਿਹੜੇ ਮਰੀਜ਼ ਆ ਸਿਰਫ ਆਕਸੀਜਨ ਦੀ ਕਮੀ ਦੇ ਨਾਲ ਡੈਥ ਹੋਈ ਜੀ ਬਿਲਕੁਲ 10ਾਂ ਦੀ ਮੌਤ ਹੋ ਗਈ ਅਤੇ ਵਾਰਾਣਸੀ ਦੇ ਵਿੱਚ ਇਦਾਂ ਦੀ ਘਟਨਾ ਹੋਈ ਆ ਮਹਾਰਾਸ਼ਟਰ ਦੇ ਵਿੱਚ ਕੁਛ ਦਿਨ ਪਹਿਲਾਂ ਇਹ ਘਟਨਾ ਹੋਈ ਆ ਜੀ ਹੁਣ ਇਹ ਆਕਸੀਜਨ ਆ ਇਹ ਬੜਾ ਵੈਸੇ ਜਟਿਲ ਕੁਐਸਚਨ ਆ ਜੀ ਕਿ 21% ਸਾਡੇ ਵਾਯੂ ਮੰਡਲ ਦੇ ਵਿੱਚ ਆਕਸੀਜਨ ਹੈ ਜਿਹੜੀ ਅਸੀਂ ਸਾਹ ਦੇ ਰਾਹੀਂ ਲੈਂਦੇ ਹਾਂ ਜਿਹੜੀ ਕਿ ਸਾਨੂੰ ਦਰਖਤ ਜਿਹੜੇ ਬਣਾ ਕੇ ਦਿੰਦੇ ਆ ਜੀ ਪਰ ਜਦੋਂ ਅਸੀਂ ਇੰਡਸਟਰੀ ਦੇ ਵਿੱਚ ਬਣਾਉਣੀ ਆ ਇਹ ਬੜਾ ਇੱਕ ਜਟਿਲ ਚੀਜ਼ ਆ ਜੀ ਕਿ ਅਸੀਂ ਹਵਾ ਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਵਿੱਚ ਲਿਆਉਂਦੇ ਹਾਂ ਅਤੇ ਇਸ ਹਵਾ ਦਾ ਅਸੀਂ ਤਰਲ ਰੂਪ ਬਣਾ ਦਿੰਦੇ ਹਾਂ ਯਾਨੀ ਹਵਾ ਨੂੰ ਅਸੀਂ ਪਾਣੀ ਦੇ ਰੂਪ ਵਿੱਚ ਲੈ ਆਉਂਦੇ ਹਾਂ ਫਿਰ ਇਹਨੂੰ ਯਾਨੀ ਆਕਸੀਜਨ ਇਹਦੇ ਵਿੱਚੋਂ ਬਣਾਈ ਜਾਂਦੀ ਆ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਜੀ ਇਹਦਾ ਰੰਗ ਫਿਰ ਨੀਲਾ ਹੋ ਜਾਂਦਾ ਨੀਲੇ ਰੰਗ ਦੀ ਇਹ ਹੁੰਦੀ ਆ ਅਤੇ ਇਹ -180 ਦੇ ਕਰੀਬ ਇਹਦਾ ਟੈਂਪਰੇਚਰ ਹੁੰਦਾ ਜੀ ਇਸੇ ਕਰਕੇ ਉਹ ਸਿਲੰਡਰਾਂ ਦੇ ਵਿੱਚ ਇਹ ਦ੍ਰਵਿਤ ਹੁੰਦੀ ਆ ਯਾਨੀ ਤਰਲ ਲਿਕੁਇਡ ਹੁੰਦਾ ਇਹ ਉਹ ਸਿਲੰਡਰਾਂ ਦੇ ਵਿੱਚ ਪਾ ਕੇ ਲਿਆਉਂਦੀ ਜਾਂਦੀ ਆ ਹੁਣ ਤੁਸੀਂ ਇਹ ਹੈਰਾਨ ਹੋਵੋਗੇ ਵੀ ਜਿੰਨੀ ਵੀ ਸਾਡੀ ਇਹ ਆਕਸੀਜਨ ਬਣਾਈ ਜਾਂਦੀ ਆ ਉਹਦੇ ਵਿੱਚੋਂ ਸਿਰਫ 15% ਅਸੀਂ ਹਸਪੀਟਲ ਦੇ ਵਿੱਚ ਯੂਜ਼ ਕਰਦੇ ਹਾਂ ਹੁਣ ਤੱਕ ਦੀ ਸਾਡੀ ਜਿਹੜੀ ਲੋੜ ਸੀ ਜੀ ਉਸ ਵੇਲੇ ਲੋਕਡਾਊਨ ਪਿਛਲੇ ਸਾਲ ਵੈਸੇ ਆਕਸੀਜਨ ਦੀ ਐਡੀ ਸਮੱਸਿਆ ਆਈ ਨਹੀਂ ਉਹਦਾ ਕਾਰਨ ਇਹ ਸੀ ਕਿ ਉਸ ਵੇਲੇ ਸਾਰੀ ਇੰਡਸਟਰੀ ਇਹਨਾਂ ਨੇ ਬੰਦ ਕਰਤੀ ਸੀ ਜੀ ਸਭ ਤੋਂ ਜ਼ਿਆਦਾ ਆਕਸੀਜਨ ਯੂਜ਼ ਕੀਤੀ ਜਾਂਦੀ ਆ ਸਟੀਲ ਪਲਾਂਟ ਦੇ ਵਿੱਚ ਉੱਥੇ ਅੱਗ ਲਾਉਣ ਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਆ ਜੀ ਫਿਰ ਇਹ ਭੱਠੀਆਂ ਦੇ ਵਿੱਚ ਕਾਰ ਫੈਕਟਰੀਜ਼ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੀ ਆ ਅਤੇ ਇਸ ਕਰਕੇ ਉਹ ਪਿਛਲੀ ਵਾਰ ਬੰਦ ਸੀ ਇਸ ਕਰਕੇ ਆਕਸੀਜਨ ਸਾਡੇ ਕੋਲ ਬਹੁਤ ਜ਼ਿਆਦਾ ਅਵੇਲੇਬਲ ਸੀ ਜੀ ਪਰ ਇਸ ਵਾਰ ਇੰਡਸਟਰੀ ਚੱਲ ਰਹੀ ਆ ਜੀ ਇਹਨਾਂ ਨੇ ਇੰਡਸਟਰੀ ਨੂੰ ਜ਼ਿਆਦਾ ਤਰਜੀਹ ਦਿੱਤੀ ਆ ਹੌਸਪੀਟਲ ਨੂੰ ਪੁੱਛ ਨਹੀਂ ਕੋਈ ਰਿਹਾ ਬਿਲਕੁਲ ਹੌਸਪੀਟਲ ਨਾ ਪੁੱਛਣ ਦੇ ਕਰਕੇ ਇੰਡਸਟਰੀ ਨੂੰ ਦੇਣ ਦੇ ਕਰਕੇ ਉਹ ਜਿਹੜੀ 15% ਸਪਲਾਈ ਹੁਣ ਇਹ ਤੁਸੀਂ ਦੇਖੋ ਕਿ ਇੱਕ ਪਾਸੇ 700 ਮੀਟਰਕ ਟਨ ਜਿਹੜੀ ਸਪਲਾਈ ਸੀ ਪਹਿਲਾਂ ਜੀ ਹੁਣ ਜਿਹੜੀ ਚਾਹੀਦੀ ਆ ਯਾਨੀ ਪਹਿਲਾਂ 700 ਨਾਲ ਵੀ ਸਰੀ ਜਾਂਦਾ ਸੀ ਦਲਜੀਤ ਜੀ ਤੁਸੀਂ ਕਮਾਲ ਕਰਦੇ ਹੋ
ਇੰਡਸਟਰੀ ਤੇ ਹਸਪੀਟਲ ਦੀ ਗੱਲ ਕਰੀਏ ਤਾਂ ਇੰਡਸਟਰੀ ਚੋਂ ਗੱਫੇ ਆਉਣੇ ਆ ਜਿਹਦੇ ਤੇ ਸਿਰ ਤੇ ਇਲੈਕਸ਼ਨ ਲੜੀ ਜਾਂਦੀ ਆ, ਜਿਹੜੇ ਸਰਕਾਰੀ ਹਸਪਤਾਲ ਉਹਦੇ ਵਿੱਚ ਪੈਸੇ ਦੇਣੇ ਪੈਣੇ ਆ ਲੋਕਾਂ ਦੇ, ਤੇ ਉਹ ਫਿਰ ਤੁਹਾਨੂੰ ਪਤਾ ਕਿ ਜਿਹਦੇ ਜਿੱਥੋਂ ਆਉਂਦੀ ਹੋਵੇ ਮਾਇਆ, ਅਸੀਂ ਐਂ ਕੀਤਾ ਉਹ ਕਦੀ ਨਹੀਂ ਕੀਤਾ, ਉਹ ਜਿੱਧਰੋਂ ਆਉਂਦੀ ਹੋਵੇ ਉਹਦੇ ਉਹਦਾ ਧਿਆਨ ਰੱਖਣਾ ਪੈਂਦਾ ਆ। ਤੁਸੀਂ ਫਿਰ ਸੱਚ ਬਹੁਤ ਜ਼ਿਆਦਾ ਬੋਲ ਦਿੰਦੇ ਆ, ਤੇ ਉਸ ਤੋਂ ਬਾਅਦ ਹੁਣ ਜਿਹੜੀ ਸਾਡੀ ਨੀਡ ਬਣ ਗਈ ਆ, ਜਿਹੜੀ ਸਾਡੀ ਜ਼ਰੂਰਤ ਬਣ ਗਈ ਆ, ਉਹ 5000 ਮੀਟਰ ਕਟਾਉਣ ਦੀ ਬਣ ਚੁੱਕੀ ਆ ਇਸ ਵੇਲੇ, ਜਦਕਿ ਸਾਡੀ ਸਪਲਾਈ 700 ਦੀ ਕਰੀਬ ਅਜੇ ਹੈਗੀ। ਹੁਣ ਇਹਨਾਂ ਨੇ ਇੱਕ ਟ੍ਰੇਨ ਚਲਾਈ ਆ ਜਿਹੜੀ ਕਿ ਸਿਰਫ 6-7 ਡੱਬੇ ਆ ਉਹਦੇ, ਉਹਨੇ ਵਿਸ਼ਾਖਾਪਟਨਮ ਤੋਂ ਲੈ ਕੇ ਇੱਧਰ ਨੂੰ ਆਉਣੀ ਆ, ਅਤੇ ਸਿਰਫ 500 ਹੀ ਪਲਾਂਟ ਹੈਗੇ ਜਿੱਥੇ ਆਕਸੀਜਨ ਬਣਾਈ ਜਾਂਦੀ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਆ ਕਿ ਇਹਨੂੰ ਆਵਾਜਾਈ ਦੇ ਲਈ ਬੜਾ ਔਖਾ ਹੁੰਦਾ ਇਹਨੂੰ ਆਕਸੀਜਨ ਨੂੰ, ਕਿਉਂਕਿ ਜੇ ਇਹਦਾ ਸਿਲੰਡਰ ਫਟ ਜਾਵੇ ਤਾਂ ਅੱਗ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ, ਬਹੁਤ ਸਪੈਸ਼ਲ ਕੰਟੇਨਰ ਇਹਦੇ ਬਣਾਏ ਜਾਂਦੇ ਆ। ਹੁਣ ਸਰਕਾਰ ਹੁਣ ਸੋਚ ਰਹੀ ਆ, ਉਹ ਜਿੱਦਾਂ ਕਹਿ ਲਓ ਕਿ ਹੁਣ ਜਦੋਂ ਐਨ ਕਹਿ ਲਓ ਕਿ ਹੁਣ ਡੁੱਬਣੇ ਲੱਗੇ ਆ, ਉਸ ਵੇਲੇ ਆਪਾਂ ਨੂੰ ਚੇਤਾ ਆਇਆ ਵੀ ਹੁਣ ਕਿੱਦਾਂ ਕਿੱਦਾਂ ਜਿਹੜੇ ਕੰਮ ਆ ਉਹ ਚਲਾਏ ਜਾਣ। ਹੁਣ ਇੰਡਸਟਰੀ ਦੇ ਨਾਲ ਵੀ, ਪੈਟਰੋਲੀਅਮ ਵਿਭਾਗ ਦੇ ਨਾਲ ਵੀ ਗੱਲ ਕੀਤੀ ਜਾ ਰਹੀ ਆ ਕਿ ਹਸਪਤਾਲਾਂ ਨੂੰ ਪਹਿਲ ਦਿੱਤੀ ਜਾਵੇ, ਹੁਣ ਉਹਦੇ ਉੱਤੇ ਕਿੰਨਾ ਕੰਮ ਆ, ਪਰ ਜਿਹਨਾਂ ਦੀਆਂ ਮੌਤਾਂ ਹੋ ਗਈਆਂ ਇਸ ਅਣਗਹਿਲੀ ਦੇ ਨਾਲ, ਉਹਨਾਂ ਦਾ ਜਵਾਬ ਕੌਣ ਦੇਗਾ? ਹੁਣ ਜਿਹੜੇ ਬੈੱਡ ਦੀ ਤੁਸੀਂ ਗੱਲ ਕਰਦੇ ਹੋ, 8-8, 9-9 ਘੰਟੇ ਵੀਡੀਓਜ਼ ਤੁਸੀਂ ਦੇ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਤੇ, 8-8, 9-9 ਘੰਟਿਆਂ ਤੋਂ ਕੋਈ ਬੈੱਡ ਨਹੀਂ ਮਿਲ ਰਿਹਾ, ਲੋਕੀ ਧੱਕੇ ਖਾ ਰਹੇ ਨੇ। ਪ੍ਰਾਈਵੇਟ ਹੋਸਪਿਟਲਾਂ ਨੇ ਪੈਕੇਜ ਬਣਾ ਦਿੱਤੇ ਆ ਕਿ ਤੁਸੀਂ ਆਓ ਜੀ, 1,00,000 ਰੁਪਈਆ ਲਵਾਂਗੇ, 1,00,000 ਦੇ ਵਿੱਚ ਠੀਕ ਕਰਕੇ ਭੇਜਾਂਗੇ ਅਸੀਂ। ਉਹ ਸਿਰਫ ਇਸ ਤਰੀਕੇ ਦੇ ਨਾਲ ਉਹ ਤੁਹਾਨੂੰ ਪੈਕੇਜ ਦੇ ਰਿਹਾ ਜਿੱਦਾਂ ਕੋਈ ਚੀਜ਼ ਵੇਚ ਰਹੇ ਆ। ਇੱਕ ਦਿਨ ਦਾ ਕਿਰਾਇਆ 30-35 ਹਜ਼ਾਰ ਤੱਕ ਕਈ ਹੋਸਪਿਟਲ ਜਿਹੜੇ ਆ ਲੈ ਰਹੇ, ਉਹਨਾਂ ਦਾ ਖਰਚਾ ਤੁਸੀਂ ਲਾ ਲਓ ਵੀ ਕਿੱਥੇ ਤੱਕ ਪਹੁੰਚਣਾ। ਫਿਰ ਜਿਹੜੀ ਰਿਪੋਰਟ ਆ, ਰਿਪੋਰਟ ਦੇ ਵਿੱਚ ਇੱਕ ਦਿਨ ਦੀ ਰਿਪੋਰਟ ਆਪਾਂ ਨੂੰ, ਜਿੱਥੇ ਆਪਾਂ ਕਰੋਨਾ ਕਰਾਉਂਦੇ ਦੂਜੇ ਦਿਨ ਰਿਪੋਰਟ ਆ ਜਾਂਦੀ ਜੀ, ਉੱਥੇ ਰਿਪੋਰਟ ਆਉਂਦੀ ਆ ਪਰ ਅਪਡੇਟ ਨਹੀਂ ਕਰਦੇ, 6-6, 7-7 ਦਿਨ ਰਿਪੋਰਟ ਜਿਹੜੀ ਅਪਡੇਟ ਨਹੀਂ ਹੁੰਦੀ ਜੀ। ਅਪਡੇਟ ਜਿੰਨਾ ਚਿਰ ਤੱਕ ਨਹੀਂ ਹੁੰਦੀ ਹੋਸਪਿਟਲ ਵਾਲੇ ਇਲਾਜ ਨਹੀਂ ਸ਼ੁਰੂ ਕਰਦੇ, ਜਾਂ ਤਾਂ ਤੁਸੀਂ ਪ੍ਰਾਈਵੇਟ ਹੋਸਪਿਟਲ ਵਿੱਚ ਜਾਓ ਜਾਂ ਫਿਰ ਸਰਕਾਰੀ ਵਿੱਚ ਤੁਸੀਂ ਜਾਓਗੇ, ਉਹ ਦੇਖਦੇ ਆ ਜੀ ਡਾਟਾ ਜੀ, ਤੇ ਡਾਟਾ ਜਿਹੜਾ ਉੱਥੇ ਚੜਿਆ ਹੀ ਨਹੀਂ। 7-8 ਦਿਨਾਂ ਦੇ ਵਿੱਚ ਮਰੀਜ਼ਾਂ ਦੀ ਮੌਤ ਹੋਈ ਜਾ ਰਹੀ ਆ, ਜਾਂ ਉਹ ਇੰਨੇ ਜ਼ਿਆਦਾ ਕ੍ਰਿਟੀਕਲ ਹੋ ਜਾਂਦੇ ਆ ਕਿ ਬਚਣ ਦਾ ਬਾਅਦ ਵਿੱਚ ਚਾਂਸ ਨਹੀਂ। ਫਿਰ ਜ ਬਹੁਤ ਸਾਰੇ ਲੋਕਾਂ ਦੀ ਨਾ 7-8 ਦਿਨਾਂ ਦੇ ਵਿੱਚ ਮੌਤਾਂ ਹੋ ਰਹੀਆਂ ਪਰ ਉਹ ਰਿਕਾਰਡ ਡਾਟਾ ਹੀ ਨਹੀਂ ਅਜੇ ਉਹਨਾਂ ਦੇ ਵਿੱਚ। ਉਹ ਹਸਪ ਜਿਹੜੇ ਸ਼ਮਸ਼ਾਨ ਘਾਟ ਵਿੱਚ ਲਾਸ਼ ਲੈ ਜਾਂਦੇ ਆ ਉੱਥੇ ਜਾ ਕੇ ਕਹਿ ਦਿੰਦੇ ਆ, ਉਹ ਪੁੱਛਦੇ ਆ ਵੀ ਕਿੱਦਾਂ ਇਹ ਹੈਗਾ, ਉਹ ਕਹਿੰਦੇ ਨਹੀਂ ਨਹੀਂ ਜੀ ਹੈ ਹੀ ਨਹੀਂ, ਹੋਸਪਿਟਲ ਤੋਂ ਪਤਾ ਕਰਦੇ ਆ, ਹੋਸਪਿਟਲ ਦੇ ਕੋਲ ਡਾਟਾ ਹੈ ਨਹੀਂ, ਉੱਥੇ ਉਹ ਜ਼ਿਆਦਾ ਫੈਲ ਰਿਹਾ। ਇੰਨਾ ਜ਼ਿਆਦਾ ਰਸ਼ ਪੈ ਗਿਆ ਸ਼ਮਸ਼ਾਨ ਘਾਟਾਂ ਦੇ ਵਿੱਚ, ਲਾਈਨਾਂ ਲੱਗ ਗਈਆਂ। ਸ਼ਮਸ਼ਾਨ ਘਾਟ ਵਾਲੇ ਦੱਸਦੇ ਆ ਕਿ ਜਿੱਥੇ ਅਸੀਂ ਇੱਕ ਦਿਨ ਦੇ ਵਿੱਚ 17 ਜਾਂ 18 ਲਾਸ਼ਾਂ ਨੂੰ ਸੰਸਕਾਰ ਕਰਦੇ ਸੀ, ਹੁਣ ਸਾਡੇ ਕੋਲ 30-40 ਤੱਕ ਲਾਸ਼ਾਂ ਆ ਰਹੀਆਂ, ਹੁਣ ਉੱਥੇ ਵੀ ਬੁਕਿੰਗ ਹੋਣ ਲੱਗ ਗਈ ਆ ਸ਼ਮਸ਼ਾਨ ਘਾਟਾਂ ਦੇ ਵਿੱਚ। ਇਹ ਤਾਂ ਤੁਸੀਂ ਹੈਰਾਨੀ ਦੀ ਗੱਲ ਆ ਵੀ ਪਹਿਲੀ ਵਾਰ ਇਦਾਂ ਦੀ ਦੇਖਣ ਦੀ ਆਈ ਆ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਬੁਕਿੰਗ ਆ, ਉੱਥੇ ਵੀ ਸਿਫਾਰਿਸ਼ਾਂ ਚੱਲ ਰਹੀਆਂ ਤੇ ਇੰਨੇ ਓਵਰ ਟਾਈਮ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ, ਕਿੱਡੀ ਜ਼ਿਆਦਾ ਤਰਾਸਦੀ ਆ। ਅਤੇ ਸਰਕਾਰ ਪਹਿਲ ਜਿਹੜੀ ਆ ਪਰਸੋਂ ਚੌਥ ਦੇਖ ਲਓ ਵੀ ਰੈਲੀਆਂ ਦੇ ਉੱਤੇ ਦਿੱਤੀ ਆ। ਬਿਲਕੁਲ, ਤੁਸੀਂ ਕਿਹਾ ਕਿ ਜਿਹੜੀ ਇਹ ਮੌਤਾਂ ਹੋ ਰਹੀਆਂ ਇਹਦਾ ਜਵਾਬ ਕੌਣ ਦਊਗਾ? ਮੇਰੇ ਖਿਆਲ ਜਵਾਬ ਤਾਂ ਮੋਦੀ ਸਾਹਿਬ ਦੇਈ ਜਾਂਦੇ, ਕਿਉਂਕਿ ਉਹ ਜਦੋਂ ਦਿੱਲੀ ਆਉਂਦੇ ਆ, ਦਿੱਲੀ ਵਿੱਚ ਕਹਿੰਦੇ ਕਿ ਕਰੋਨਾ ਬਹੁਤ ਵੱਡੀ ਮਹਾਂਮਾਰੀ ਆ, ਇਹਦੇ ਨਾਲ ਸਾਨੂੰ ਲੜਨਾ ਪੈਣਾ, ਅਤੇ ਜੇ ਉਹ ਤੋਂ ਇੱਕ ਅੱਧਾ ਦਿਨ ਪਹਿਲਾਂ ਦਾ ਉਹਨਾਂ ਦੇ ਵੈਸਟ ਬੰਗਾਲ ਦੀਆਂ ਰੈਲੀਆਂ ਵੇਖੀਏ ਤਾਂ ਉਹ ਲੱਖਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ, ਉੱਥੇ ਕਹਿੰਦੇ ਕਿ ਤੁਸੀਂ ਐਡੇ ਵੱਡੇ ਹਜੂਮ 'ਚ ਐਡੀ ਵੱਡੀ ਗਿਣਤੀ 'ਚ ਆਏ ਹੋ, ਇਹ ਸਾਡਾ ਸੁਭਾਗ ਆ। ਹੁਣ ਇੱਕ ਬੰਨੇ ਸਾਡੇ ਲੋਕ ਮਰ ਰਹੇ ਸੀ, ਸਾਡਾ ਦੇਸ਼ ਦਾ ਮੁਖੀ ਇੰਨੀ ਗੈਰ ਜ਼ਿੰਮੇਵਾਰਾਨਾ ਜਿਹੜੇ ਤਰੀਕੇ ਨਾਲ ਕੰਮ ਕਰ ਰਿਹਾ, ਤੋ ਜਿਹੜਾ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਇਹ ਤਾਂ ਸਾਰਿਆਂ ਨੂੰ ਦਿਸ ਰਿਹਾ। ਵਿਦ ਡਿਊ ਰਿਸਪੈਕਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਪਹਿਲਾ ਕੇਸ ਨਰਿੰਦਰ ਮੋਦੀ 'ਤੇ ਬਣਦਾ ਜੀ, ਬਿਲਕੁਲ, ਕਿਉਂਕਿ ਚਲਾਨ ਜਿਹੜੇ ਆ ਕੱਟੇ ਜਾ ਰਹੇ ਆਮ ਲੋਕਾਂ ਦੇ ਜੀ, ਕਿਉਂ ਚ ਕਿਹੜਾ ਕੇਸ ਬਣ ਰਿਹਾ। 1971 ਦੇ ਵਿੱਚ ਇੱਕ ਰੂਲਿੰਗ ਸੀ ਸੁਪਰੀਮ ਕੋਰਟ ਦੀ ਜੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਚੋਣ ਕਮਿਸ਼ਨ, ਜੇ ਕੋਈ ਮੰਨ ਲਓ ਕਿ ਕਾਨੂੰਨ ਨਹੀਂ ਬਣਿਆ ਹੋਇਆ ਜੀ ਕਿਸੇ ਚੀਜ਼ ਦਾ ਜੀ, ਚੋਣ ਕਮਿਸ਼ਨ ਕੋਈ ਵੀ ਡਿਸੀਜਨ ਲੈ ਲਵੇ ਉਹਨੂੰ ਕਾਨੂੰਨੀ ਮੰਨਿਆ ਜਾਵੇਗਾ ਜੀ। ਇਹ 1971 ਦੀ ਇੱਕ ਧਾਰਾ ਆ ਜਿਹੜੀ ਬਣੀ ਹੋਈ ਆ। ਹੁਣ ਇਹ ਕਾਨੂੰਨ ਹੈ ਨਹੀਂ ਕਿ ਬਈ ਕੋਈ ਕਰੋਨਾ ਦੇ ਵਿੱਚ 2 ਬੰਦੇ ਇਕੱਠੇ ਹੋਣ, 4 ਹੋਣ, ਇਹ ਅਜੇ ਸੰਵਿਧਾਨ ਦੇ ਵਿੱਚ ਹੈ ਨਹੀਂ ਜੀ। ਹੁਣ ਜਦੋਂ, ਕਿਉਂਕਿ ਪਹਿਲਾਂ ਜ਼ਰੂਰਤ ਹੀ ਨਹੀਂ ਪਈ ਇਸ ਚੀਜ਼ ਦੀ ਜੀ, ਹੁਣ ਚੋਣ ਕਮਿਸ਼ਨ ਨੇ ਕੁਛ ਦਿਨ ਪਹਿਲਾਂ ਸਾਰੇ ਰਾਜਨੀਤਿਕ ਜਿੰਨੇ ਦਲ ਆ ਜਿਹੜੇ ਰਜਿਸਟਰਡ ਆ, ਚਾਹੇ ਉਹ ਖੇਤਰੀ ਆ ਅਤੇ ਚਾਹੇ ਉਹ ਰਾਸ਼ਟਰੀ ਆ, ਉਹਨਾਂ ਨੂੰ ਚਿੱਠੀਆਂ ਪਾਈਆਂ ਅਤੇ ਉਹਨਾਂ ਨੂੰ ਇੱਕ ਤਕੀਦਾਂ ਕੀਤੀਆਂ ਸਹਿਮਤੀ ਦੇ ਨਾਲ ਜੀ, ਕਿਸੇ ਨੇ ਓਬਜੈਕਸ਼ਨ ਨਹੀਂ ਕੀਤਾ ਜੀ। ਉਹਦੇ ਵਿੱਚ ਇਹ ਕਿਹਾ ਕਿ ਜੇ ਤੁਸੀਂ ਰੋਡ ਰੈਲੀ ਕਰਨੀ ਆ ਉਹਦੇ ਵਿੱਚ 5 ਤੋਂ ਵੱਧ ਕਾਰਾਂ ਨਾ ਹੋਣ ਜੀ, ਜੇ ਤੁਸੀਂ ਨੋਮੀਨੇਸ਼ਨ ਜਿੱਦਣ ਤੁਸੀਂ ਪੇਪਰ ਆਪਣੇ ਦਾਖਲ ਕਰਨੇ ਆ ਤੁਹਾਡੇ ਨਾਲ ਸਿਰਫ 2 ਬੰਦੇ ਹੋਣ, 2 ਤੋਂ ਵੱਧ ਨਾ ਬੰਦੇ ਹੋਣ। ਅਸਾਮ ਦੇ ਵਿੱਚ ਇੱਕ ਕੈਂਡੀਡੇਟ
ਦਾਖਲ ਕਰਾਉਣ ਗਿਆ ਕਾਗਜ਼ ਜੀ ਤੇ ਉਹਦੇ ਮਗਰ 1 ਕਿਲੋਮੀਟਰ ਤੱਕ ਭੀੜ ਸੀ। ਬਿਲਕੁਲ ਉਸ ਵੇਲੇ ਉਹਦੇ ਉੱਤੇ ਐਕਸ਼ਨ ਹੀ ਕੋਈ ਨਹੀਂ ਜੀ। ਇਹਦਾ ਮਤਲਬ ਕੀ ਆ ਕਿ ਚੋਣ ਕਮਿਸ਼ਨ ਦਾ ਜਿਹੜਾ ਨਿਰਣਾ ਉਹਦਾ ਛਿੱਕੇ ਟੰਗਿਆ ਜਾਂਦਾ ਜੀ। ਫਿਰ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਕਿਹਾ ਗਿਆ ਕਿ ਮਾਸਕ ਲਾਉਣਾ ਇਹ ਕਮਿਸ਼ਨ ਦੀ ਹੈ ਜੀ, ਕਿ ਮਾਸਕ ਲਾਉਣਾ ਬਹੁਤ ਕੰਪਲਸਰੀ ਆ। ਹੁਣ ਇਹਨਾਂ ਦੀਆਂ ਰੈਲੀਜ਼ ਦੇ ਵਿੱਚ ਅਮਿਤ ਸ਼ਾਹ ਹੁਣੀ ਸਾਰੇ ਜਿੰਨੇ ਲੋਕ ਨੇ ਜੀ ਉਹ ਮਾਸਕ ਨੂੰ ਇੱਥੇ ਲਮਕਾ ਲੈਂਦੇ ਆ, ਜਿੱਦਾਂ ਇੱਕ ਉਹਨੂੰ ਫੈਸ਼ਨ ਬਣਾ ਕੇ ਰੱਖ ਲਿਆ, ਹਾਂ ਜੀ ਮੇਰੇ ਕੋਲ ਆ। ਬਿਲਕੁਲ ਕਈ ਵਾਰੀ ਚੀਜ਼ ਨਹੀਂ ਹੁੰਦੀ ਕਿ ਹਾਂ ਮੇਰੇ ਕੋਲ ਆ ਇਹ। ਬਿਲਕੁਲ ਉਹ ਜੇ ਅਸੀਂ ਕਹੀਏ ਕਿ ਤੁਸੀਂ ਬਹੁਤ ਸਮਝਦਾਰ ਹੋ, ਇਹ ਭਰਾਵੋ ਜਦੋਂ ਮੂੰਹ ਤੇ ਨੱਕ ਤੇ ਲੱਗਦਾ ਉਦੋਂ ਕੰਮ ਕਰਦਾ ਜੀ, ਇਹਨੂੰ ਗਲ ਦੇ ਉੱਤੇ ਲਾਉਣ ਦੇ ਨਾਲ ਇਹਦਾ ਕੋਈ ਕੰਮ ਨਹੀਂ। ਬਿਲਕੁਲ ਹਰ ਚੀਜ਼ ਦਾ ਇੱਕ ਕੋਈ ਫੰਕਸ਼ਨ ਹੁੰਦਾ ਆ, ਇਹ ਦਿਖਾਵੇ ਲਈ ਨਹੀਂ ਹੁੰਦੇ ਮਾਸਕ ਜੀ। ਹੁਣ ਜਿਹੜਾ ਚੋਣ ਕਮਿਸ਼ਨ ਹੈ ਉਹਦੇ ਉੱਤੇ ਕੋਈ ਗੱਲੇ ਨਹੀਂ ਲੈ ਰਿਹਾ ਜੀ। ਉਹਦਾ ਕਾਰਨ ਕੀ ਆ ਕਿ ਜੇ ਤਾਂ ਵਿਰੋਧੀ ਧਿਰ ਵਾਲੇ ਹੋਣ ਝੱਟ ਟੰਗ ਦੇਣ ਚੋਣ ਕਮਿਸ਼ਨ ਨੂੰ, ਚੋਣ ਕਮਿਸ਼ਨ ਵਾਲੇ। ਬਿਲਕੁਲ ਪਰ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਇਹ ਕੰਮ ਕਰਦਾ ਜੀ, ਮੌਜੂਦਾ ਗ੍ਰਹਿ ਮੰਤਰੀ ਕੰਮ ਕਰਦਾ, ਹੁਣ ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਮੈਨੂੰ ਬੜੀ ਘਾਟ ਰੜਕੀ ਆ ਜੀ। ਅੱਜ ਲੋੜ ਆ TN ਸ਼ੇਸ਼ਨ ਵਰਗੇ ਬੰਦੇ ਦੀ ਜੀ। ਬਹੁਤ ਵਾਰੀ ਮੈਂ ਜ਼ਿਕਰ ਕੀਤਾ TN ਸ਼ੇਸ਼ਨ ਵਰਗਾ ਬੰਦਾ ਜੇ ਅੱਜ ਹੁੰਦਾ ਤੇ ਮੋਦੀ ਉਹਨਾਂ ਨੂੰ ਜਿੱਦਾਂ ਦਾ ਉਹਨੇ ਸਬਕ ਸਿਖਾਉਣਾ ਸੀ ਜੀ, ਜਿੱਦਾਂ ਦੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਜੀ, ਹੁਣ ਇਹ ਕਿੱਥੋਂ ਚੱਲ ਪਿਆ ਆ, ਕਿੱਥੋਂ ਇਹ ਗਿਆ ਆ ਇਹ ਕਰੋਨਾ, ਇਹ ਰੈਲੀਆਂ ਦੇ ਵਿੱਚੋਂ ਨਿਕਲਿਆ ਜੀ। ਸਾਡੀ ਬੜੀ ਸ਼ਰਧਾ ਆ, ਕੁੰਭ ਦੇ ਮੇਲੇ ਹੋਏ ਆ ਜੀ, ਉਹਦੇ ਵਿੱਚ ਵੀ ਤੁਸੀਂ ਹੁਣ ਇਹਨਾਂ ਨੇ ਕਿਹਾ ਚਲੋ ਕਹਿ ਦਿੱਤਾ, ਉਹਦੇ ਵਿੱਚ ਵੀ ਹੋਇਆ। ਪਰ ਜਦੋਂ ਤਬਲੀਗੀ ਜਮਾਤ ਵਾਲਾ ਮਾਮਲਾ ਆਇਆ ਸੀ ਉਦੋਂ ਤੁਸੀਂ ਕਹਿੰਦੇ ਸੀ ਕਿ ਮੁਸਲਮਾਨ ਹੀ ਫੈਲਾਉਂਦੇ ਆ। ਬਿਲਕੁਲ ਹੁਣ 2 ਜਿਹੜੇ ਧਰਮ ਗੁਰੂ ਆ ਉਹਨਾਂ ਦੀ ਡੈਥ ਹੋਈ ਆ ਕੁੰਭ ਦੇ ਮੇਲੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਜੀ, ਤੇ ਇਹ ਤੋਂ ਬਾਅਦ ਤੁਹਾਨੂੰ ਕੀ ਕੀ ਲੱਗ ਰਿਹਾ ਆ ਜੀ ਕਿ ਤੁਸੀਂ ਇਹਦਾ ਮਤਲਬ ਕਿ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਆ ਉਹ ਵੀ ਇੱਕ ਵਨ ਸਾਈਡਡ ਕਿਸੇ ਚੀਜ਼ ਦੇ ਨਾਲ ਝੁਕਿਆ ਹੋਇਆ ਜੀ, ਜਦਕਿ ਇਹ ਜਿਹੜੀ ਪੋਸਟ ਆ ਬੜਾ ਸਤਿਕਾਰਯੋਗ ਆ ਪ੍ਰਜਾ ਦੇ ਲਈ। ਅਟਲ ਬਿਹਾਰੀ ਵਾਜਪੇਈ ਨੇ ਇੱਕ ਵਾਰੀ ਕਿਹਾ ਸੀ ਜੀ ਇਹਨਾਂ ਦੀ ਮੌਜੂਦਗੀ ਦੇ ਵਿੱਚ ਕਿ ਪ੍ਰਜਾ ਦੇ ਲਈ, ਸ਼ਾਸਕ ਦੇ ਲਈ ਪ੍ਰਜਾ ਸਾਰੀ ਬਰਾਬਰ ਆ। ਬਿਲਕੁਲ ਉਹਦੇ ਲਈ ਮਤਭੇਦ ਨਹੀਂ ਹੋਣਾ ਚਾਹੀਦਾ ਜੀ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਮਿਸਾਲ ਦੇ ਤੌਰ ਦੇ ਉੱਤੇ ਪੇਸ਼ ਕਰੋ, ਤਾਂ ਹੀ ਲੋਕ ਜਿਹੜੇ ਕਰਨਗੇ। ਬਿਲਕੁਲ ਦਲਜੀਤ ਜੀ, ਇਹ ਮੁੱਦਾ ਬਹੁਤ ਗੰਭੀਰ ਆ ਅਤੇ ਇਸ ਵੇਲੇ ਭਾਰਤ ਬਹੁਤ ਗੰਭੀਰ, ਬਹੁਤ ਚਿੰਤਾਜਨਕ ਸਥਿਤੀ ਦੇ ਵਿੱਚ ਫਸਿਆ ਹੋਇਆ। ਅਤੇ ਮੈਂ ਆਪਣੇ TV ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਜ਼ਰੂਰ ਕਰਨੀ ਚਾਹੂੰਗਾ ਕਿ ਸਾਡੇ ਜਿਹੜੇ ਰਾਜਨੇਤਾ ਆ, ਜਿਹੜੇ ਸਾਡੇ ਲੀਡਰ ਆ, ਉਹ ਤਾਂ ਉਹਨਾਂ ਨੇ ਆਪਣਾ ਜਿਹੜੀ ਰਾਜਨੀਤੀ ਘੋਟਣੀ ਉਹਨਾਂ ਨੇ ਘੋਟੀ ਜਾਣੀ, ਪਰ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ। ਅਸੀਂ ਕਿਤੇ ਨਾ ਕਿਤੇ ਇਤਿਹਾਦ ਵਰਤੀਏ, ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ, ਜਿਹੜੀ ਸੋਸ਼ਲ ਡਿਸਟੈਂਸਿੰਗ ਜਾਂ ਮਾਸਕ ਜਾਂ ਵੈਕਸੀਨੇਸ਼ਨ, ਜਿੱਦਾਂ ਵੀ ਅਸੀਂ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਆ ਉਹ ਜ਼ਰੂਰ ਕਰੀਏ, ਤਾਂ ਜੋ ਇਸ ਗੰਭੀਰ ਸਥਿਤੀ ਨਾਲ ਲੜਿਆ ਜਾ ਸਕੇ। ਪਰ ਦਲਜੀਤ ਜੀ, ਮੁੱਦੇ ਇਸ ਗੰਭੀਰਤਾ ਨੂੰ ਵਿਚਾਰਨਾ ਆਪਾਂ ਅਗਲੀ ਵਾਰ ਜ਼ਰੂਰ ਵਿਚਾਰਾਂਗੇ, ਪਰ ਪ੍ਰੋਗਰਾਮ ਦਾ ਸਮਾਂ ਇਸ ਵੇਲੇ ਮੁਕੰਮਲ ਹੋ ਚੁੱਕਾ ਜੀ। ਤੁਸੀਂ ਆਏ, ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇਕਰ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਅੱਗੇ ਇਸ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਿਓ, ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ, ਤਾਂ ਜੋ ਅਸੀਂ ਇਸ ਪ੍ਰੋਗਰਾਮ ਦੀਆਂ ਤਰੁੱਟੀਆਂ ਨੂੰ ਹੋਰ ਦੂਰ ਕਰਕੇ ਵਧੀਆ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਪਹੁੰਚ ਸਕੀਏ। ਨਾਲ ਦੀ ਨਾਲ ਸਾਡਾ ਫੇਸਬੁੱਕ ਪੇਜ, ਸਾਡਾ ਯੂਟਿਊਬ ਚੈਨਲ, ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਸਾਡਾ ਹਰ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਸਕੇ। ਇਹਦੇ ਨਾਲ ਹੀ ਮੈਨੂੰ ਦੇਵ ਸਿੱਧੂ ਨੂੰ ਅਤੇ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।